ਇਹਨੂੰ ਧੱਕੇ ਮਾਰੇ ਕੱਢੋ ਬਾਹਰ ਕੱਢੋ ਤੂੰ ਕੌਣ ਹੈ ਕੱਢਣ ਵਾਲਾ ਮੰਮੀ ਹੈਗੀ ਆ ਨਾ ਮੰਮੀ ਕਿਵੇਂ ਕੱਢ ਲੂਗੀ ਅਸੀਂ ਮਾਰੇ ਮਰੂ ਚਪੇੜ ਜਾਦੇ ਬੋਲਦਾ ਜਵਾਨ ਨਾ ਲੜਾ ਮੇਰੇ ਨਾਲ ਸਾਡੇ ਘਰ ਤੋਂ ਬਾਹਰ ਹੋ ਜਾ ਮੰਮੀ ਤੁਸੀਂ ਆ ਕੀ ਕਰ ਰਹੇ ਮੇਰੇ ਨਾਲ ਬਾਹਰ ਚੱਲ ਉਧਰ ਲੈ ਆ ਕਿਹੜੀ ਗੱਲਾਂ ਹੁੰਦੀਆਂ ਨੇ ਚੱਲ ਚੱਲ ਕਦੇ ਮੇਰੇ ਨਾਲ ਲੜਦੀਆਂ ਕਦੇ ਮੁੰਡੇ ਨਾਲ ਲੜਦੀਆਂ ਚੱਲ ਚੱਲ ਮੰਮੀ ਮੈਂ ਨਾ ਮੜਾ ਕੰਮ ਜਾ ਚੱਲਿਆ ਦੋਸਤ ਨਾਲ ਹੈ ਮੇਰੀ ਗੱਲ ਸੁਣ ਭਾਈ ਕਿੱਥੇ ਜਾ ਰਿਹਾ ਤੂੰ ਤੂੰ ਕੋਈ ਕੰਮ ਕਰ ਲੱਭ ਲੈ ਇੰਨਾ ਚਿਰ ਹੁਣ ਤੈਨੂੰ ਕਿਬੇਲੇ ਨੂੰ ਕਿਵੇਂ ਖਵਾਈ ਜਾਵਾਂਗੇ ਐਡਾ ਬੜਾ ਹੋ ਗਿਆ ਨਾਲੇ ਮੰਮੀ ਕੰਮ ਕਰ ਹੁਣ ਮਿਲਤਾ ਰਿਹਾ ਨਹੀਂ ਮੇਰੇ ਮੁਤਾਬਕ ਉਹ ਇੱਕ ਕੰਮ ਮਿਲਿਆ ਸੀ ਉਹ ਕੰਪਨੀ ਲਾਂਗੀ ਮੈਂ ਲੱਗ ਜਾਊਗਾ ਨੌਕਰੀ ਕੋਈ ਨਾ ਜਿਹਨੇ ਕਰਨਾ ਹੋਵੇ ਬਥੇਰੇ ਕੰਮ ਨੇ ਪ੍ਰਾਈਵੇਟ ਪਰ ਤੇਰਾ ਮਨ ਨਹੀਂ ਕੰਮ ਕਰਨ ਦਾ ਵਿਹਲਾ ਰਹਿਣ ਹਿੱਲ ਗਿਆ ਤੂੰ ਮੰਮੀ ਲੜਦੇ ਕਾ ਤੂੰ ਹੋ ਲੜਨ ਦੀ ਕੀ ਗੱਲ ਹੈ ਹੈ ਜਗਰੂਪ ਵੀ ਤਾਂ ਵਿਹਲਾ ਹੈਗਾ ਹੈ ਘਰ ਦਾ ਖਰਚਾ ਅਗਰ ਰੁਕਦਾ ਹੈਗਾ ਇੰਨਾ ਕਿਰਾਇਆ ਆਉਂਦਾ ਹੈਗਾ ਜ਼ਮੀਨ ਦਾ ਠੇਕਾ ਆਉਂਦਾ ਹੈਗਾ ਦੁਕਾਨਾਂ ਦਾ ਕਿਰਾਇਆ ਆਉਂਦਾ ਮੇਰਾ ਹੈ ਹੀ ਨਹੀਂ ਉਹਦੇ ਵਿੱਚ ਕੁਛ ਲੈ ਜੇ ਤੈਨੂੰ ਕੰਮ ਨੂੰ ਕਹਿ ਰਿਹਾ ਫਿਰ ਤੂੰ ਐ ਭੜਕਣ ਲੱਗ ਜਾਣਾ ਨਾਲੇ ਜਗਰੂਪ ਤਾਂ ਛੋਟਾ ਤੂੰ ਬੜਾ ਹੁਣ ਤੇਰੀ ਕੰਮ ਕਾਰ ਕਰਨ ਦੀ ਉਮਰ ਹੈ ਵਿਹਲਾ ਰਹਿਣ ਦੀ ਉਮਰ ਨਹੀਂ ਹੈਗੀ ਇਹੀ ਹੱਥ ਬਣ ਜੂਗੀ ਨਹੀਂ ਚਲ ਠੀਕ ਹੈ ਮੰਮੀ ਮੈਂ ਤਾਂ ਜੇ ਕਿਤੇ ਜਾਵਾਂ ਨਾ ਤੁਹਾਨੂੰ ਐ ਹੋ ਜਾਂਦਾ ਪਤਾ ਨਹੀਂ ਕਿੱਥੇ ਚੱਲਿਆ ਮੈਂ ਹੁਣ ਜਾ ਵੀ ਨਹੀਂ ਸਕਦਾ ਰੋਕਣ ਵਾਲੇ ਤਾਂ ਰੋਕਦੇ ਨਹੀਂ ਮੈਨੂੰ ਤੁਸੀਂ ਐਵੇਂ ਧੱਕੀ ਦੇ ਮੈਂ ਤੈਨੂੰ ਕਹਿਤਾ ਭਾਈ ਆਪਣਾ ਕੰਮ ਕਾਰ ਲੱਭ ਕੰਮ ਤਾਂ ਕਰਨਾ ਹੀ ਪਊਗਾ ਕਰਮਜੀਤ ਹਾਂਜੀ ਮੰਮੀ ਮੇਰੀ ਗੱਲ ਸੁਣੋ ਭਾਈ ਆ ਦੇਖ ਲੈ ਗੁਰਿੰਦਰ ਕਿਵੇਂ ਬੋਲਦਾ ਮੈਂ ਉਹਨੂੰ ਕਿਹਾ ਭਾਈ ਤੂੰ ਕੋਈ ਕੰਮ ਕਰ ਲੱਭ ਲੈ ਹੁਣ ਵਿਹਲਾ ਕਿੰਨੀ ਦੇਰ ਰਹਿ ਜਾਏਗਾ ਕਿਵੇਂ ਬੋਲਦਾ ਮੈਨੂੰ ਡਰਾਉਣ ਆਉਂਦਾ ਹਜੇ ਕਿਸੇ ਤੇ ਐ ਤੂੰ ਮਾੜਾ ਮੋਟਾ ਉਹਨੂੰ ਸਮਝਾ ਇੰਨਾ ਹੁਣ ਕਿੰਨਾ ਖਰਚ ਚੱਕੀ ਜਾਵਾਂਗੇ ਅਸੀਂ ਮੰਮੀ ਤੁਸੀਂ ਮੈਨੂੰ ਕੀ ਕਹਿੰਦੇ ਜਦੋਂ ਆਊਗਾ ਤੁਸੀਂ ਉਸੇ ਨਾਲ ਗੱਲ ਕਰ ਲਿਓ ਉਹ ਕਿੱਥੇ ਸੁਣਦਾ ਭੱਜ ਭੱਜ ਪੈਂਦਾ ਕਿਸੇ ਤੇ ਨਾਲੇ ਭਾਈ ਮਹਿੰਗਾਈ ਦਾ ਜ਼ਮਾਨਾ ਤੁਸੀਂ ਸਾਡੇ ਸਿਰ ਤੇ ਬਥੇਰੀ ਐਸ਼ ਕਰਦੇ ਹੋ ਹੁਣ ਇੰਨਾ ਨਹੀਂ ਮੈਂ ਚੱਲ ਸਕਦੀ ਹਾਂਗੇ ਤੁਹਾਡਾ ਦੋ ਜਣਿਆਂ ਦਾ ਖਰਚ ਮੰਮੀ ਉਹ ਤਾਂ ਗੱਲ ਠੀਕ ਹੈ ਚੱਲ ਐਂ ਤਾਂ ਆਪਣੇ ਕਿਰਾਏ ਕਰੂ ਐ ਤਾਂ ਆਉਂਦਾ ਹੀ ਹੈਗਾ ਹਜੇ ਤਾਂ ਘਰ ਦਾ ਖਰਚਾ ਚੱਲੇ ਰਿਹਾ ਇੰਨੇ ਉਹਨੂੰ ਕੰਮ ਮਿਲ ਜਾਊਗਾ ਕਿਤੇ ਨਾ ਕਿਤੇ ਦੇਖ ਲੈ ਇਹੀ ਤਾਂ ਉਹ ਕਹੀ ਜਾਂਦਾ ਉੱਥੋਂ ਕਿਰਾਇਆ ਆਉਂਦਾ ਉੱਥੋਂ ਕਿਰਾਇਆ ਆਉਂਦਾ ਫਿਰ ਜੇ ਕਿਰਾਇਆ ਆਉਂਦਾ ਉਹ ਵਿਹਲਾ ਰਹੂਗਾ ਹੁਣ ਹੋਰ ਵੀ ਬਹੁਤ ਖਰਚ ਨੇ ਐਂ ਵੀ ਦੇਖ ਲਓ ਕੁਛ ਮਾੜਾ ਮੋਟਾ ਤੁਸੀਂ ਕਮਾਲ ਕਰਦੇ ਹੋ ਤੁਸੀਂ ਤਾਂ ਜਮਾਂ ਹੀ ਉਹਨੂੰ ਸਮਝਾ ਮਾੜਾ ਮੋਟਾ ਵੀ ਕੰਮ ਕਰਦਾ ਕਰਨਾ ਪਊਗਾ ਉਹਨੂੰ ਸਾਇ ਨਾ ਦੇ ਵੀ ਵਿਹਲਾ ਰਹਿ ਮੈਨੂੰ ਤਾਂ ਲੱਗਦਾ ਤੂੰ ਹੀ ਸਿਖਾਉਣੀ ਉਹਨੂੰ ਵਿਹਲਾ ਰਹਿ ਬਥੇਰਾ ਕੁਛ ਖਰਚ ਮੰਮੀ ਮੈਂ ਕੀ ਕਿਹਾ ਹੁਣ ਤੁਸੀਂ ਮੇਰੇ ਸਿਰ ਚੜ ਜਾਓ ਜਦੋਂ ਆਊਗਾ ਤੁਸੀਂ ਗੱਲ ਕਰ ਲਿਓ ਮੈਂ ਤਾਂ ਕਰ ਲਈ ਸੀ ਹੁਣ ਤੂੰ ਕਹਿਦੀ ਉਹਨੂੰ ਵੀ ਐ ਨਹੀਂ ਸਰਨਾ ਹੈਗਾ ਨਾਲ ਇੱਕ ਗੱਲ ਹੋਰ ਤੇਰੇ ਸਾਹਮਣੇ ਹੁਣ ਆਪਣੇ ਘਰ 'ਚ ਕਿਹੜੀ ਚੀਜ਼ ਦੀ ਕਮੀ ਹੈ ਸਭ ਕੁਝ ਦਿੱਤਾ ਪਰ ਰੱਬ ਨੇ ਮੈਂ ਤਾਂ ਇਸੇ ਕਰਕੇ ਕਿ ਤੇਰਾ ਰਿਸ਼ਤਾ ਲਿਆ ਤੀ ਵੀ ਮਾੜਾ ਮੋਟਾ ਕੋਈ ਚੱਜ ਦਾ ਦਾਜ ਲੈ ਕੇ ਆਊਗੀ ਪਰ ਕਿੱਥੇ ਸਾਡੇ ਕਰਮਾਂ 'ਚ ਕੁਛ ਤੇਰੇ ਮਾਂ-ਬਾਪਾਂ ਤੋਂ ਤਾਂ ਇੱਕ ਮੋਟਰਸਾਈਕਲ ਹੀ ਸਰਿਆ ਆ ਗਈ ਖਾਲੀ ਹੱਥ ਆ ਬੜੀ ਕੋਈ ਐਂ ਗੱਲਾਂ ਹੁੰਦੀਆਂ ਨੇ ਅਸੀਂ ਵੀ ਕਿਸੇ ਨੇ ਆਲੇ ਦੁਆਲੇ ਨੂੰ ਮੂੰਹ ਦਿਖਾਉਣਾ ਹੈ ਮਾੜਾ ਮੋਟਾ ਤੇਰੇ ਮਾਂ-ਬਾਪਾਂ ਨੇ ਜਮਾਂ ਹੀ ਨਹੀਂ ਕੁਛ ਸੋਚਿਆ ਮੰਮੀ ਤੁਸੀਂ ਮੈਨੂੰ ਤਾਂ ਕਹੀ ਜਾਂਦੇ ਹੋ ਜਿੰਨਾ ਕਿ ਮੇਰੇ ਮਾਂ-ਬਾਪ ਤੋਂ ਸਰਿਆ ਉਹਨਾਂ ਤੇ ਦਿੱਤਾ ਹੀ ਆ ਉਹਨਾਂ ਨੇ ਕੁਛ ਮਾੜੇ ਮੋਟੇ ਕਰਦੀ ਵੀ ਲਿਹਾਜ਼ ਕਰਦੇ ਵੀ ਤਗੜੇ ਘਰ ਨੂੰ ਯਾਰ ਹੱਥ ਪਾਉਣੇ ਆ ਕੁਛ ਧੀ ਨੂੰ ਦੇ ਕੇ ਵੀ ਤੋਰਨਾ ਚਾਹੀਦਾ ਸੀ ਉਹਨਾਂ ਨੂੰ ਗੱਲਾਂ-ਗੱਲਾਂ 'ਚ ਸਰਤਾ ਉਹ ਤਾਂ ਮੰਮੀ ਤੁਸੀਂ ਪਹਿਲਾਂ ਦੇਖਣਾ ਦੀ ਨਾ ਦੇਖ ਲੈ ਨਾਲੇ ਤੂੰ ਵੀ ਇੱਕਲੇ ਗੁਰਿੰਦਰ ਬੋਲਦਾ ਇੱਕਲੇ ਤੂੰ ਬੋਲਦੀ ਆ ਮੇਰੇ ਨਾਲ ਮੰਮੀ ਮੇਰੇ ਸਿਰ ਨਾ ਚੜੋ ਤੁਸੀਂ ਐ ਕਰ ਜਦੋਂ ਆਉਣਗੇ ਨਾ ਉਹਨਾਂ ਨਾਲ ਹੀ ਗੱਲ ਕਰ ਲਿਓ ਮੈਂ ਤਾਂ ਕਹੂੰਗੀ ਉਹਨੂੰ ਕਹੂੰਗੀ ਨਹੀਂ ਹੁਣ ਵਿਹਲੇ ਨੂੰ ਕੌਣ ਖਵਾਵੇ ਤੁਹਾਨੂੰ ਹੱਦ ਕਰਦੀ ਲੈ ਅੱਜ ਪੇਕਿਆਂ ਦਾ ਵੀ ਮੇੜਾ ਮਾਰਦਾ ਕੀ ਕੁਛ ਦਿੱਤਾ ਨਹੀਂ ਉਹ ਤਾਂ ਤੂੰ ਪਹਿਲਾਂ ਦੇਖਦੀ ਵੀ ਲੈਣਾ ਕਿ ਨਹੀਂ ਲੈਣਾ ਕਮਾਲ ਦੀ ਗੱਲ ਹੈ ਬਾਅਦ 'ਚ ਦੱਸ ਤੰਗ ਕਰਨ ਦੀ ਕੀ ਲੋੜ ਹੈ ਭੁੱਖੀ ਕਿਸੇ ਥਾਂ ਦੀ ਚੱਲ ਕਰ ਵੀ ਠੀਕ ਹੈ ਲਾਲ ਲੋਕ ਹੈ ਹਾਂਜੀ ਜੀ ਮੇਰੀ ਗੱਲ ਸੁਣ ਹਾਂ ਗੱਲ ਸੁਣ ਕੇ ਜਾਓ ਮੇਰੀ ਹਾਂ ਹਾਂ ਬੋਲ ਬੋਲ ਤੁਸੀਂ ਦੇਖੋ ਕੋਈ ਕੰਮ ਦੇਖ ਲਓ ਤੂੰ ਮੰਮੀ ਨਾਲ ਦੀ ਹੋਗੀ ਕੰਮ ਦੇਖ ਲਓ ਕੰਮ ਦੇਖ ਲਓ ਮੈਂ ਕੀ ਕਰਾਂ ਜੀ ਮੰਮੀ ਨੇ ਬਹੁਤ ਤੰਗ ਕੀਤਾ ਹੋਇਆ ਕੱਲ ਤੁਸੀਂ ਤਾਂ ਚਲੇ ਗਏ ਮੈਂ ਤੁਹਾਡੇ ਬਾਅਦ 'ਚ ਮੈਨੂੰ ਬਹੁਤ ਬੋਲੀ ਮੈਂ ਦੱਸੋ ਕੀ ਕਰਾਂ ਮੈਨੂੰ ਸੁਣਨੀਆਂ ਪੈਂਦੀਆਂ ਨਹੀਂ ਆ ਤੂੰ ਆਪ ਸੋਚ ਕਰੋੜਾਂ ਦੀ ਪ੍ਰਾਪਰਟੀ ਹੈ ਇੰਨਾ ਕਿਰਾਇਆ ਆਉਂਦਾ ਦੁਕਾਨਾਂ ਆਪਣੀਆਂ ਕਿਰਾਏ ਤੇ 20 ਕਿੱਲਿਆਂ ਦਾ ਠੇਕਾ ਹੁੰਦਾ ਉਹ ਮੈਂ 12-13 ਹਜ਼ਾਰ ਦੀ ਨੌਕਰੀ ਕਰਦਾ ਚੰਗਾ ਲੱਗਦਾ ਉਹ ਮੈਂ ਤਾਂ ਟਰਕਾਰ ਆਖਦਾ ਵੀ ਦੁਖੀ ਹੋ ਕੇ ਕਹਿਣਾ ਤੁਹਾਡਾ ਬਿਜ਼ਨਸ ਕਰ ਲੈ ਕੋਈ ਨਾ ਕੋਈ ਉਹ ਤਾਂ ਤੁਹਾਡੀ ਗੱਲ ਠੀਕ ਹੈ ਜੀ ਪਰ ਇਹ ਸਮਝਣ ਵਾਲੇ ਤਾਂ ਹੈ ਨਹੀਂ ਗਏ ਹੁਣ ਜਗਰੂਪ ਵੀ ਤਾਂ ਵਿਹਲਾ ਹੀ ਹੈਗਾ ਹੁਣ ਤਾਂ ਕਹਿੰਦਾ ਨਹੀਂ ਹੈਗਾ ਕੋਈ ਉਹ ਤਾਂ ਲਾਡ ਲਾ ਉਹ ਤਾਂ ਪਾਲਾ ਲਾਡ ਲਾ ਰੱਖਿਆ ਹੋਇਆ ਜੀ ਆਪਣੇ ਨਾਲੇ ਪਤਾ ਨਹੀਂ ਕੀ ਦੁਸ਼ਮਣੀ ਆ ਮੰਮੀ ਦੀ ਮੈਂ ਤਾਂ ਨਾ ਬਹੁਤ ਬੋਲੀ ਗੱਲ ਮੈਨੂੰ ਤਾਂ ਚੰਗਾ ਨਹੀਂ ਲੱਗਿਆ ਹੈਗਾ ਤੂੰ ਮੇਰੀ ਸੁਣ ਗੱਲ ਮੈਂ ਤਾਂ ਹੀ ਟਰਕਾਈ ਜਾਂਦਾ ਉਹਨਾਂ ਨੂੰ ਮੈਂ ਸੋਚਦਾ ਵੀ ਮੈਂ ਇਹਨਾਂ ਨੂੰ ਲਾਰੇ ਜੀ ਲਾਈ ਜਾਂ ਵੀ ਦੁਖੀ ਹੋ ਕੇ ਕਹਿ ਦੂੰਗਾ ਕੋਈ ਕੰਮ ਕਾਰੇ ਕਰ ਲੈ ਹੁਣ ਜੇ ਮੈਂ ਕੰਮ ਕਰਨ ਨੂੰ ਕਹੂੰਗੇ ਕਹੂੰਗੇ ਤੈਂ ਭੜਕਾਤਾ ਤੈਂ ਸਿਖਾਤਾ ਇੱਥੇ ਤਾਂ ਪਹਿਲਾਂ ਹੀ ਲੱਗਦੇ ਨੇ ਇਹ ਉਹ ਤਾਂ ਗੱਲ ਠੀਕ ਹੈ ਜੀ ਐਂ ਨਹੀਂ ਇਹ ਕਹਿੰਦੇ ਹੈਗੇ ਪੈਸੇ ਨੂੰ ਬਹੁਤ ਪਿਆਰ ਹੈ ਇਹਨਾਂ ਨੂੰ ਚੱਲ ਤੂੰ ਫਿਕਰ ਨਾ ਕਰ ਮੈਂ ਮੜਾ ਕੰਮ ਜਾ ਕੇ ਆਉਣਾ ਮੈਂ ਵੀ ਕੰਮ ਕਰਦੇ ਛੇੜਿਆ ਹੋਇਆ ਯਾਰ ਜੇ ਸਿਰੇ ਚੜ ਗਿਆ ਨਾ ਮੈਨੂੰ ਤਾਂ ਕੰਮ ਕਰਨ ਦੀ ਲੋੜ ਨਹੀਂ ਹੈਗੀ ਹੋਰ ਚੱਲ ਦੇਖ ਲਓ ਮੰਮੀ ਅੰਦਰ ਤੀ ਮੈਂ ਤਾਂ ਥਾਂ ਤਾਂ ਤੁਹਾਨੂੰ ਕਿਹਾ ਹੈਗਾ ਨਹੀਂ ਤਾਂ ਸਾਰਾ ਦਿਨ ਤੁਹਾਨੂੰ ਪਤਾ ਹੀ ਹੈ ਬੋਲਦੀ ਫਿਰੀ ਜਾਂਦੀ ਹੈ ਜੀ ਠੀਕ ਹੈ ਮੈਂ ਚੱਲ ਤੂੰ ਫਿਕਰ ਨਾ ਕਰ ਚੱਲ ਠੀਕ ਹੈ ਐਂ ਕਰ
मैं जाना माड़ा जा मैं आके मम्मी नाल गल करदा काम कार बारे तन्नू ना कहे मन्नू कह लिया करे ठीक है कोई नहीं फिकर ना कर बोली ना तू मम्मी हाँ पुत्र मैं सोचता सीगा भी एक प्लाट होर ना ले लिए प्लाटा दे रेट सस्ते हुए ने हाँ पुत मैंने भी पता लग गया कहते वो जगह तो बहुत रेट ठीक चल रहे हैं देखे निगाह मार आई तू फिर आप कर लाँगे सौदा हाँ देख लाँगे हाँ खबर है गल बन जाए हाँ जे बन जाए वधिया देख ला हूँ सुखना इन्ना किराया आउंदा वधिया सरी जाता अपना आ तो एक बेलड़ आ नहीं कोई कम लगता नहीं पुत अपने तो भोरा ना घट रहे पैसे की जमा ही होर खुला हाथ हो जाए पर इन्हू समझावे कौन कितने समझदा समझाने की लोड़ कोई नहीं मैं कि कोई न्याणा नहीं है अच्छा नाले गल सुन लो मेरी गल सुन नाले तेरे तो मैं गल नहीं करता मम्मी तुम करम जी क्यों मेहने मारते कुछ लेके नहीं घाट है इस घर च कोई रूपी ब्याही की दिता बुलट दे के तोड़ती वो नहीं कह सकते हैं सानू गड्डी चाहिए है कुछ दिता तो है ही आ, हाँ। तेरे लिए की लेके आई आ यार जिन्ने की हिम्मत ही देती है जिन्ने की अपने हिम्मत ही देती अगले तो कह सकते हैं तेरे भाइयों को 20 किले जमीन दे इन्ना किराया हुंदा दे के बुलट तोड़ता चल जिहा ओदा टाइम ती असी ने करता सारा कुछ तू ओदे मेरे च ज्यादा ना आया कर छिया नाले गल सुनो मेरी ठीक है देख जगुरु छोटे वीर तेरा भी कलो ब्याह होना गा आ कलेश तेरे नाल भी होना तू भी समझ लै देख गल सुन नौकरी मिलूगी मैं कर लूंगा पर घर दे विच मेरा भी अद्ध हैगा मेरा भी हिस्सा हैगा ठीक है जेड़े जेड़े खर्चे चो घर दा खर्चा चलदा ना उस चो मेरा चलूंगा जब तक मैनूं कम नहीं मिलदा समझ गए ना नहीं तेरा कदा अद्ध होया क्यों होर की अद्ध हैगा होर तेरा अद्ध विच ਇਹਦੇ ਬਸ ਦੀ ਗੱਲ ਨਹੀਂ ਉਹ ਤਾਂ ਬੋਲ ਰਿਹਾ ਇਹਨੂੰ ਸਿਖਾਉਂਦੀ ਆ ਸਾਰਾ ਕੁਛ ਵੀ ਆਪਣੇ ਕੋਲ ਬਥੇਰਾ ਕੁਛ ਹੈ ਖੁੱਲਾ ਖਰਚਾ ਕਰੀ ਜਾਂ ਤੂੰ ਕੰਮ ਨਾ ਕਰੀ ਇੱਕ ਮਿੰਟ ਕਰ ਮੰਮੀ ਮੇਰੀ ਸੁਣ ਗੱਲ ਤੂੰ ਹੈਗਾ ਹੁਣ ਵਿਆਹਿਆ ਹੋਇਆ ਤੇਰੇ ਨਾਲ ਹੀ ਲੜਦੇ ਚੰਗੇ ਨਹੀਂ ਲੱਗਦੇ ਨਾਲੇ ਤੂੰ ਕਹਿੰਦਾ ਵੀ ਤੇਰੇ ਨਾਲ ਮੈਂ ਗੱਲ ਨਹੀਂ ਕਰਦਾ ਤੂੰ ਗੱਲ ਕਿਹਦੇ ਨਾਲ ਕਰੇਗਾ ਤੂੰ ਉਹ ਮਾਂ ਬੈਠੀ ਆ ਅਸੀਂ ਦੋਨੇ ਬੈਠੇ ਆ ਹਜੇ ਮੈਂ ਇਸ ਘਰ ਦਾ ਮਾਲਕ ਆ ਨਾਲੇ ਤੂੰ ਵਿਆਹਿਆ ਗਿਆ ਤੂੰ ਕੰਮ ਨਹੀਂ ਕਰਦਾ ਘਰ ਦਾ ਨਾ ਤੂੰ ਮਾਲਕ ਨਾ ਮੈਂ ਮਾਲਕ ਹੈ ਘਰ ਦਾ ਮਾਲਕ ਪਿਓ ਤਾਂ ਉਹ ਵਿਚਾਰਾ ਹੁਣ ਹੈ ਨਹੀਂ ਹੁਣ ਇਸ ਟਾਈਮ ਘਰ ਦੀ ਮਾਲਕਣ ਮਾਂ ਗੀ ਠੀਕ ਹੈ ਤੇ ਮਾਂ ਨੂੰ ਮੈਂ ਸਾਂਭਦਾ ਕਹਿਣਾ ਵੀ ਮੈਂ ਤਾਂ ਸਾਂਭਦਾ ਹੀ ਨਹੀਂ ਹੈ ਤੂੰ ਕਿਉਂ ਸਾਂਭਦਾ ਹੈਗਾ ਪਰਸੋਂ ਦਵਾਈ ਲੈਣ ਜਾਣਾ ਤਾਂ ਮੈਂ ਤਾਂ ਫਿਲਮਾਂ ਟਿਕਟਾਂ ਬੁੱਕ ਕਰਾਈਆਂ ਹੋਈਆਂ ਮੈਂ ਫਿਲਮ ਦੇਖਣ ਜਾਣਾ ਦਵਾਈ ਕੌਣ ਦਵਾ ਕੇ ਲਿਆ ਮੈਂ ਆ 10 ਦਿਨ ਪਹਿਲਾਂ ਭੋਗ ਤੇ ਜਾਣਾ ਤਾਂ ਕੌਣ ਲੈ ਗਿਆ ਨਹੀਂ ਨਹੀਂ ਵੀਰੇ ਮੈਂ ਤਾਂ ਯਾਰ ਸ਼ਿਮਲੇ ਜਾਣਾਗਾ ਦੋਸਤਾਂ ਨਾਲ ਮੈਂ ਚੱਲਿਆ ਤੂੰ ਜਾਇਆ ਭੋਗ ਤੇ ਮੈਂ ਆਪਦਾ ਕੰਮ ਛੱਡ ਕੇ ਮੰਮੀ ਨੂੰ ਭੋਗ ਤੇ ਲੈ ਕੇ ਗਿਆ ਤੂੰ ਆਪਦਾ ਕੰਮ ਤੂੰ ਕੰਮ ਤਾਂ ਤੂੰ ਲੱਗਿਆ ਨਹੀਂ ਆਪਦਾ ਕਿਹੜਾ ਕੰਮ ਛੱਡ ਲਿਆ ਤੂੰ ਅੱਛਾ ਨਾਲੇ ਇੱਕ ਮਿੰਟ ਗੱਲ ਸੁਣ ਮੇਰੀ ਜੇ ਤੂੰ ਦੋ ਵਾਰ ਮੰਮੀ ਨੂੰ ਲੈ ਵੀ ਗਿਆ ਤੇਰੀ ਮਾਂ ਨਹੀਂ ਤੇਰਾ ਫਰਜ਼ ਨਹੀਂ ਬਣਦਾ ਫਿਰ ਤੂੰ ਇਹ ਕਹਤੇ ਕਹਿੰਦਾ ਮੈਂ ਸਾਂਭਦਾਗਾ ਬਰਾਬਰ ਸਾਂਭਦੇ ਹਾਂਗੇ ਤਾਂ ਚੱਲ ਤੂੰ ਬੜਾ ਹੈ ਮੈਂ ਗੱਲ ਵਧਾਉਣਾ ਨਹੀਂ ਚਾਹੁੰਦਾ ਅੱਜ ਦੇ ਬਾਅਦ ਮੈਨੂੰ ਜਿੰਨਾ ਮਰਜ਼ੀ ਕੁਝ ਕਹਿ ਲਓ ਮੇਰੀ ਘਰ ਵਾਲੀ ਨੂੰ ਕੁਝ ਨਹੀਂ ਕਹਿਣਾ ਨੌਕਰੀ ਬਾਰੇ ਠੀਕ ਨਹੀਂ ਮੈਂ ਕਰਾਂ ਚਾਹੇ ਨਾ ਕਰਾਂ ਜਿੱਥੇ ਖਰਚਾ ਕਿਰਾਏ ਚੋਂ ਚੱਲਦਾ ਹੈਗਾ ਜ਼ਮੀਨ ਦੇ ਠੇਕੇ ਚੋਂ ਚੱਲਦਾ ਉੱਥੇ ਮੇਰਾ ਚੱਲੂਗਾ ਮੈਨੂੰ ਕਹਿਣ ਦੀ ਲੋੜ ਨਹੀਂ ਕਮੀਜ਼ ਨਾ ਬੋਲ ਥੋੜਾ ਜਿਹਾ ਤੂੰ ਬੈਠਾ ਪਤਾ ਮਾਂ ਦੇ ਸਾਹਮਣੇ ਆ ਤੂੰ ਬੋਲਦਾ ਕਿਵੇਂ ਆ ਦੱਸ ਦੇ ਬੋਲਣ ਦਾ ਤਰੀਕਾ ਕੋਈ ਭਲਾ ਤੇਰਾ ਪੁੱਤ ਇੱਕ ਤੂੰ ਕੰਮ ਨਹੀਂ ਕਰਨਾ ਫਿਰ ਉੱਤੇ ਦੀ ਰੋਹ ਮਾਰਨਾ ਵਾ ਫਿਰ ਤੂੰ ਕਹਿੰਦਾ ਮੈਂ ਸੜਾਵੇਂ ਸੜਾਈ ਜਾਂਦਾ ਮੈਨੂੰ ਇੱਥੇ ਲੈ ਗਿਆ ਮੈਨੂੰ ਉੱਥੇ ਲੈ ਗਿਆ ਫਿਰ ਤੂੰ ਇਹ ਕਦੇ ਕਹਿੰਦਾ ਮੈਂ ਮਾਂ ਸਾਹ ਚੱਲ ਮੈਂ ਫਾਲਤੂ ਗੱਲਾਂ 'ਚ ਨਹੀਂ ਪੈਂਦਾ ਇਹਦੇ ਲੜਾਈ ਵਧਾਈ ਜਾਂਦੀ ਮਰਜ਼ੀ ਅੱਜ ਦੇ ਬਾਅਦ ਜਦ ਤੱਕ ਮੈਂ ਕੰਮ ਲੱਗਦਾ ਨਹੀਂ ਮੇਰੀ ਘਰ ਵਾਲੀ ਨੂੰ ਮੀਣਾ ਨਹੀਂ ਮਾਰਨਾ ਜਿਹੜੀ ਗੱਲ ਹੈ ਮੇਰੇ ਨਾਲ ਕਰੋ ਵੇ ਕਿਹੜਾ ਮੀਣਾ ਮਾਰਦਾ ਨੂੰ ਕੋਈ ਮੀਣਾ ਨਹੀਂ ਮਾਰਦਾ ਉਹ ਤਾਂ ਚਾਰ ਗੱਲਾਂ ਜੋੜ ਕੇ ਸਾਰਾ ਮੀਣਾ ਨਹੀਂ ਮਾਰੂਗਾ ਮੰਮੀ ਚੁੱਪ ਕੋਈ ਮੀਣਾ ਨਹੀਂ ਮਾਰੂਗਾ ਤੂੰ ਕੰਮ ਤੇ ਚੱਲ ਸਵੇਰ ਨੂੰ ਹਾਂ ਦੇਖਦੇ ਕੌਣ ਮੀਣਾ ਮਾਰੂਗਾ ਮੈਂ ਬੈਠਾ ਫਿਰ ਲੱਭਾ ਆਪਣਾ ਕੰਮ ਕੋਈ ਕੌਣ ਕੰਮ ਤੇ ਕਹਿਣ ਵਾਲਾ ਓਏ ਕਿਉਂ ਮੈਂ ਹੈਗਾ ਇਸ ਘਰ ਦਾ ਮਾਲਕ ਆ ਛੋਟਾ ਤੂੰ ਮੇਰੇ ਤੇ ਅੱਛਾ ਬੇਸ਼ੱਕ ਛੋਟਾ ਵਾ ਤੇਰਾ ਕੋਈ ਹੱਕ ਨਹੀਂ ਮੈਨੂੰ ਕੰਮ ਤੇ ਕਹਿਣ ਦਾ ਦੇਖ ਲੈ ਜੇ ਗੱਲ ਕੰਮ ਵਾਲੀ ਆ ਗਈ ਨਾ ਚੱਲ ਬਰਾਬਰ ਚੱਲ ਚੱਕ ਡੱਬਾ ਰੋਟੀ ਵਾਲਾ ਚੱਲ ਇਹ ਛੋਟਾ ਕਮਾਲ ਹੈ ਤੇਰੇ ਵਾਲੀ ਯਾਰ 10 ਪੜ ਕੇ ਤੂੰ ਮੇਰੇ ਤੇ ਰੋਹ ਮਾਰ ਰਿਹਾਗਾ 10 ਪੜ ਕੇ ਮੈਨੂੰ ਕਰੋੜਾਂ ਦਾ ਬਣਿਆ ਹੋਇਆ ਮਾਂ ਕਰੋੜਾਂ ਦਾ ਕੀਤਾ ਵੀ ਕੀ ਆ ਮੈਂ ਤਾਂ ਬਗਾਨਾ ਮੈਂ ਤਾਂ ਹੁਣ ਪਲਾਟ ਲੈਣ ਨੂੰ ਫਿਰਦਾ ਇੱਕ ਹੋਰ ਤੂੰ ਲੈ ਕੇ ਦਿਖਾ ਦੇ ਕਿਤੇ ਪਾਸੇ ਚੱਲ ਕੋਈ ਨਾ ਐ ਕਰ ਫਿਰ ਗੱਲ ਸੁਣ ਪਲਾਟ ਲੈਣਾ ਨਾ ਤੈਂ ਆਪਣੇ ਪੈਸਿਆਂ ਕੇ ਲੈ ਕੇ ਦਿਖਾ ਪਿਓ ਦੀ ਕਮਾਈ ਹੋਈ ਕਰੀ ਹੋਈ ਸਾਰੀ ਇਹ ਉੱਥੋਂ ਪਲਾਟ ਲੈ ਰਿਹਾ ਤੂੰ ਬਣਾ ਤਾਂ ਰਿਹਾ ਕੁਛ ਤੂੰ ਤੂੰ ਬਣਾ ਕੇ ਦੇਖ ਲੈ ਨਾਲੇ ਪੁੱਤ ਖਰਚ ਤੇਰੇ ਘਰ ਵਾਲੀ ਵੀ ਬਹੁਤ ਕਰਦੀ ਆ ਖੁੱਲਾ ਹੱਥ ਰੱਖਦੀ ਆ ਨਾਲੇ ਉਹਨੂੰ ਸਮਝਾ ਮਾੜਾ ਮੋਟਾ ਖਰਚ ਘੱਟ ਕਰੋ ਕਿੱਥੇ ਜਾਂਦੀ ਆ ਉਹ ਕਿਆ ਖਰਚ ਕਰਦੀ ਆ ਲੈ ਰੋਜ਼ ਕਦੇ ਆਨਲਾਈਨ ਕਰੇ ਸੂਟ ਲੈ ਲਿਆ ਕਰੇ ਕੁਛ ਲੈ ਲਿਆ ਖਰਚੇ ਲਊਗੀ ਨਹੀਂ ਅਗਲੀ ਇੰਨਾ ਨਹੀਂ ਲੈਂਦੇ ਹੁੰਦੇ 10 ਕਿੱਲੇ ਦਾ ਮਾਲਕ ਐ ਮੈਂ ਲਊਗੀ ਨਹੀਂ
ਤੂੰ ਤਾਂ ਪੁੱਠਾ ਚੱਲਦਾ ਭਾਈ। ਚੁੱਪ ਕਰ ਜਾ ਹੁਣ, ਤੂੰ ਮੈਨੂੰ ਚੁੱਪ ਕਰਾਉਣ ਲੱਗਿਆ, ਤੂੰ ਮਾਂ ਨਾਲ ਵੈਸੇ ਹੀ ਇਹਨਾਂ ਨਾਲ। ਓ ਯਾਰ ਤੂੰ ਛੋਟੇ, ਤੂੰ ਸੁਣ ਲੈ ਮੈਂ ਤੇਰੇ ਕੋਲ। ਹਾਂ ਗੱਲ ਲਵਾਂ, ਅੱਜ ਦੇ ਬਾਅਦ ਨਹੀਂ ਕਿਸੇ ਨੂੰ ਕਹਿਣਾ ਕੁਛ। ਦੇਖ ਲੈ ਪੁੱਤ ਕਿਵੇਂ ਬੋਲਦਾ, ਆਪਣੀ ਤੀਵੀਂ ਦੀ ਮੇਰ ਚ ਲੱਗਦਾ, ਮੈਨੂੰ ਤਾਂ ਕੁਛ ਸਮਝਦਾ ਹੀ ਨਹੀਂ ਇਹ। ਮੰਮੀ ਇਹਨੇ ਸ਼ਰਮ ਹਿਆ ਲਾਈ ਪਈ ਆ ਇਹਨੇ। ਉਹਨੂੰ ਵੀ ਸਿਖਾਤਾ ਸਮਕਾ ਦੇ ਵੀ ਆਪਣੇ ਤਾਂ ਇੰਨਾ ਕਿਰਾਇਆ ਆਉਂਦਾ, ਇੰਨਾ ਠੇਕਾ ਆਉਂਦਾ, ਉਹ ਪਹਿਲਾਂ ਗੱਲ ਨਹੀਂ ਕਰਨ ਦਿੰਦੀ, ਉਹ ਕਹਿ ਦਿੰਦੀ ਆ ਵੀ ਮੰਮੀ ਇੰਨਾ ਤਾਂ ਪੈਸਾ ਆਉਂਦਾ ਆਪਣਾ, ਜੇ ਪੈਸਾ ਆਉਂਦਾ ਹੁਣ ਫਿਰ ਇੱਕਾ ਨਾ ਡਾਉਣਗੇ ਇਹ। ਤੁਸੀਂ ਉਹ ਚਮੜਾਇਆ ਹੋਇਆ ਤਾਂ ਹੀ ਆ ਲਵ ਮੈਰਿਜ ਹੀ ਕਰਾ ਗਏ, ਮਾਰੇ ਹੁੰਦੇ ਨਾ ਛੋਟੇ ਹੁੰਦੇ ਦੇ ਛਿੱਤਰ ਤੈਨੂੰ ਲੱਗ ਜਾਂਦਾ ਪਤਾ, ਵੱਡਾ ਲਵ ਮੈਰਿਜ ਵਾਲਾ ਇਹ, ਆਖੇ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ। ਉਹ ਟਿਕ ਜਾ ਟਿਕ ਜਾ, ਤੂੰ ਦੱਸ, ਤੁਸੀਂ ਤਾਂ ਭਾਈ ਦੋ ਮਿੰਟਾਂ 'ਚ ਲੜ ਪਾਓ, ਮੈਂ ਨਹੀਂ ਐਂ ਬਰਦਾਸ਼ਤ ਕਰ ਸਕਦੀ ਹੈਗੀ, ਕਿੰਨਾ ਰੌਲਾ ਪਾਉਂਦੇ ਹੋ। ਸਾਰਾ ਦਿਨ ਕੰਮੇ ਨਹੀਂ ਮੁੱਕਦੇ ਹੈਗੇ, ਇੱਕ ਤਾਂ ਗਰਮੀ ਇੰਨੀ। ਗੱਲ ਸੁਣ, ਆਰਾਮ ਕਰ ਲੈ ਦੋ ਘੜੀ, ਮਸ਼ੀਨ ਨਹੀਂ ਹੈਗੀ ਤੂੰ, ਠੀਕ ਹੈ? ਠੀਕ ਹੈ, ਏਸੀ ਔਨ ਕਰਕੇ ਆਰਾਮ ਕਰ ਲੈ, ਮੈਂ ਨਾ ਡਿਊਟੀ ਦੇਖਣ ਚੱਲਿਆਂਗਾ। ਅੱਛਾ, ਉਹ ਜੱਸੀ ਕਹਿੰਦਾ ਸੀ, ਕਹਿੰਦਾ ਕੰਪਨੀ ਵਾਲਿਆਂ ਨੂੰ ਕੰਪਿਊਟਰ ਆਪਰੇਟਰ ਦੀ ਲੋੜ ਹੈਗੀ, ਮੈਂ ਕਿਹਾ ਚੱਲ ਮੈਨੂੰ ਮਾੜੀ ਮਾੜੀ ਨੌਲੇਜ ਹੈਗੀ, ਮੈਂ ਲੱਗ ਜਾਂਦਾ। ਹਾਂਜੀ ਹਾਂ, ਨਾਲੇ ਸਾਰਾ ਦਿਨ ਸੁਣਨਾ ਨਹੀਂ ਪਊਗਾ ਇੱਥੇ, ਕਲੇਸ਼ ਖਤਮ ਹੋਊਗਾ। ਹੋਰ 18,000 ਪਿੱਛੇ ਵੀ ਹੋਈ ਜਾਂਦਾ ਮੈਂ, ਚਾ ਤੂੰ ਆਰਾਮ ਕਰਕੇ ਆਪਦਾ ਫਿਰ ਰੋਟੀ ਪਾਣੀ ਲੱਗ ਗਈ। ਠੀਕ ਹੈ? ਠੀਕ ਹੈ ਜੀ, ਰੋਟੀ ਪਾਣੀ ਤਾਂ ਹੁਣ ਬਣਾ ਹੀ ਦਿੱਤਾ, ਝਾੜ ਪੋਚ ਰਹੇ ਆ, ਕਰ ਲਾਂਗੇ ਦਮ ਦੇ ਕੇ। ਮੈਂ ਆਵਾਜ਼ਾਂ ਮਾਰੀ ਜਾਂਦੀ, ਆ ਬੈਠੀ ਆ ਮਹਾਰਾਣੀ, ਕੰਮ ਤਾਂ ਨਵੇੜ ਲਾ ਭਾਈ। ਮੰਮੀ ਹੁਣ ਤਾਂ ਮੈਂ ਅਜੇ ਚੁੱਲ੍ਹੇ ਦਾ ਕਰਿਆ, ਹੁਣ ਝਾੜੂ ਪੋਚਾ ਰਹਿ ਗਿਆ, ਮੈਂ ਕਰ ਲੂੰਗੀ ਬਈ, ਗਰਮੀ ਬਹੁਤ ਹੈ, ਮੈਂ ਤਾਂ ਚੱਕਰ ਆਉਣ ਲੱਗ ਗਈ। ਸਾਰੇ ਲੋਕ ਕਰਦੇ ਨੇ ਕੰਮ, ਉਹਨਾਂ ਵਾਸਤੇ ਨਹੀਂ ਗਰਮੀ ਹੈਗੀ, ਦੋ ਕੰਮ ਕਰਕੇ ਆ ਕੇ ਫਿਰ ਆਰਾਮ ਨਾਲ ਬੈਠ ਗਈ, ਦੱਸ ਇੱਥੇ ਕੌਣ ਮੈਨੂੰ ਕੰਮ ਕਰਦੇ ਨੇ। ਮੰਮੀ ਤੁਸੀਂ ਮੇਰੇ ਸਿਰ ਚੜ ਜਾਂਦੇ, ਮੈਂ ਮਸ਼ੀਨ ਆ ਗਈ। ਦੇਖ ਲੈ, ਜੇ ਉਹਨੂੰ ਕੰਮ ਕਰਨ ਨੂੰ ਕਹੇ ਤਾਂ ਉਹ ਚਾਰ ਸੁਣਾ ਗਿਆ, ਤੈਨੂੰ ਕਹੇ ਤਾਂ ਤੂੰ ਆਪਣੇ ਆਪ ਨੂੰ ਕਹਿੰਦੀ ਮੈਂ ਮਸ਼ੀਨ ਆ, ਮਸ਼ੀਨਾਂ ਕੰਮ ਕਰਦੀਆਂ ਹੁੰਦੀਆਂ ਨੇ ਹੈ, ਤੂੰ ਇਹਦਾ ਅਕਲ ਕਰ, ਘਰ 'ਚ ਕਿੰਨੇ ਕੰਮ ਹੁੰਦੇ ਨੇ। ਮੰਮੀ ਸਾਨੂੰ ਕੰਮ ਤਾਂ ਦਿਖ ਹੀ ਜਾਂਦੇ ਨੇ, ਸਾਨੂੰ ਐਂ ਨਹੀਂ ਦਿਖਦਾ ਵੀ ਮੈਂ ਰਸੋਈ ਦਾ ਕਰਕੇ ਆਈ ਹਾਂ, ਝਾੜੂ ਪੋਚੇ ਰਹੀ ਮੈਂ ਕਰ ਲੈਂਦੀ ਹਾਂ, ਕੱਪੜੇ ਨੂੰ ਮੈਂ ਮਸ਼ੀਨ ਚਾਪੀ ਪਾ ਦੂ, ਸਾਨੂੰ ਤਾਂ ਮੈਂ ਕਿਹਾ ਨਹੀਂ, ਤੁਸੀਂ ਉਹ ਸਿਰ ਚੜ ਰਹੇ ਹੋ। ਦੇਖ ਲੈ ਕਿਸੇ 'ਤੇ ਕਿਵੇਂ ਆ, ਭੱਜ ਭੱਜ ਪੈਂਦੀ ਆ, ਚੱਲ ਤੂੰ ਨਾ ਕਰ, ਮੈਂ ਯਾਰ ਜਗਰੂਪ ਕਰ ਲੈਣੇ ਦੋ ਜਣੇ ਕੰਮ, ਅੱਛਾ ਤੂੰ ਬਹਿ ਜਾ ਮਹਾਰਾਣੀ ਬਣ ਕੇ, ਜਗਰੂਪ ਆਇਆ ਪੁੱਤ ਕਰੀਏ ਝਾੜੂ ਪੋਚਾ, ਇਹਨੂੰ ਬੈਠਣ ਦੇ ਮਹਾਰਾਣੀ ਨੂੰ। ਮੇਰੀ ਗੱਲ ਸੁਣੋ ਮੰਮੀ, ਜੇ ਤੁਹਾਡਾ ਜੀ ਕਰਦਾ ਕੰਮ ਕਰਨ ਨੂੰ ਕਰ ਲਓ, ਪਰ ਮੈਂ ਤਾਂ ਨਹੀਂ ਤੁਹਾਨੂੰ ਕਹਿੰਦੀ ਹੈਗੀ ਵੀ ਹਾਂ ਤੁਸੀਂ ਕੰਮ ਕਰੋ। ਨਾਲੇ ਤੂੰ ਕਹਿੰਦੀ ਨਹੀਂ, ਨਾਲੇ ਕੋਈ ਕਸਰ ਨਹੀਂ ਛੱਡਦੀ ਹੈਗੀ, ਮਾੜਾ ਜਿਹਾ ਗਰਿੰਦਰ ਨੂੰ ਕੱਲ੍ਹ ਕਹਿਣ ਲੱਗੀ ਦੀ ਭਾਈ ਕੋਈ ਨੌਕਰੀ ਲੱਭ ਲੈ, ਨੌਕਰੀ ਲੱਭ ਲੈ, ਉਹ ਦੱਸ ਸੁਣਾ ਕੇ ਗਿਆ, ਇੱਕੜੇ ਹੁਣ ਤੂੰ ਬੋਲਦੀ ਆ, ਇਹ ਕਿਹੜਾ ਹੋ ਗਿਆ ਤਰੀਕਾ ਬੋਲਣ ਦਾ। ਇਹ ਮੰਮੀ ਤੁਸੀਂ ਤਾਂ ਮੇਰਾ ਸਿਰ ਦੁਖਣ ਲਾਤਾ, ਕਰਨਾ ਕੰਮ ਤੁਸੀਂ ਕਰੋ, ਨਹੀਂ ਮੈਂ ਆਪ ਹੀ ਕਰਕੇ ਆਪਦਾ ਦੋ ਘੜੀ ਆਰਾਮ ਕਰੂੰਗੀ, ਹੁਣ ਮੈਨੂੰ ਦੱਸ ਦਿਓ ਤੁਸੀਂ ਕਿਹੜਾ ਕਿਹੜਾ ਮੇਰੇ ਤੋਂ ਕੰਮ ਕਰਾਉਣਾ, ਪਰ ਮੈਨੂੰ ਫੇਰ ਨਾ ਕਿਹੋ। ਨਾ ਤੈਨੂੰ ਆਪਣੇ ਆਪ ਤਾਂ ਨਹੀਂ ਪਤਾ ਵੀ ਕਿਹੜੇ ਕਿਹੜੇ ਕੰਮ ਹੈ, ਮੈਂ ਕੋਈ ਬਣਾਉਣ ਵਾਲੀ ਗੱਲ ਆ ਹੈ ਕੋਈ? ਮੈਂ ਤਾਂ ਕਰੇ ਰਹੀ ਹਾਂ, ਮੈਨੂੰ ਪਤਾ ਵੀ ਕਿਹੜੇ ਕਿਹੜੇ ਨੇ, ਜੇ ਤੁਸੀਂ ਸਿਰ ਚੜ ਰਹੇ ਹੋ ਫਿਰ ਤੁਸੀਂ ਦੱਸ ਦਿਓ। ਇੱਕ ਤੱਕ ਨਾ ਤੂੰ ਬਾਰੇ ਨਹੀਂ ਆਉਣ ਦਿੰਦੀ ਭਾਈ ਗੱਲਾਂ 'ਚ, ਬੋਲਦੀ ਬਹੁਤ ਜ਼ਿਆਦਾ ਆ, ਕਰੀ ਜਾ ਜਿਹੜਾ ਕੁਛ ਕਰਨਾ ਤਾਂ ਆਪਣੀਆਂ ਮਰਜ਼ੀਆਂ ਹੀ ਕਰਨੀਆਂ ਨੇ, ਤਾਂ ਕਿਤੇ ਸੁਣਨੀ ਹੈ। ਮੈਨੂੰ ਕਹਿ ਰਹੇ ਹੋ ਤੁਸੀਂ ਬੋਲਦੇ ਹੋ, ਤੁਸੀਂ ਘੱਟ ਬੋਲਦੇ ਆ, ਬੋਲ ਬੋਲ ਕੇ ਸਾਹ ਚੜਾ ਲਿਆ ਆਪਦਾ। ਜੇ ਤੂੰ ਆਪਣੇ ਆਪ ਕਰੇ ਫਿਰ ਮੈਂ ਕਾਹਨੂੰ ਬੋਲਾਂ। ਠੀਕ ਹੈ ਮੰਮੀ, ਮੈਂ ਹੀ ਪਾਗਲਾਂਗੀ ਜਿਹੜੀ ਤੁਹਾਡੀ ਸੁਣੀ ਜਾਂਦੀ ਆ ਬਾਰ ਬਾਰ, ਫਿਰ ਕਹਿ ਦਿੰਦੇ ਨੇਗੇ ਵੀ ਤੁਸੀਂ ਦੋਏ ਜਣੇ ਸੁਣਦੇ ਹੋ। ਚੱਲ ਠੀਕ ਹੈ, ਮੈਂ ਹੀ ਕਰਨਾ ਕਰ ਲੂੰਗੀ, ਤੁਸੀਂ ਤਾਂ ਹੱਥ ਲਾਉਣਾ ਨਹੀਂ। ਸਾਨੂੰ ਬਣਾ ਰਹੀ ਹੋ, ਜੇ ਮਾੜੀ ਜੀ ਗੱਲ ਕਹਿ ਦੇ ਤਾਂ ਇੰਨਾ ਇੰਨਾ ਬੋਲ ਕੇ ਕਹਿ ਲਿਆ ਹੁੰਦਾ। ਦੱਸ ਮੰਮੀ ਕੀ ਬੜਬੜ ਕਰੀ ਜਾਂਦੀ ਆ, ਮਾੜੀ ਜੀ ਅਕਲ ਲੱਗੀ ਸੀ ਫੋਨ ਵੀ ਦਿੰਦੀ ਹੈਗੀ, ਆ ਕੀ ਰੌਲਾ ਪਈ ਜਾਂਦਾ। ਮੈਂ ਕੀ ਕਹਿਣਾ, ਮੈਂ ਤਾਂ ਉਹਨੂੰ ਮਾੜਾ ਜਿਹਾ ਕਹਿਣ ਲੱਗੇ, ਮੈਂ ਕਿਹਾ ਭਾਈ ਕੰਮ ਕਰਨ ਵੇਲਾ ਟਾਈਮ ਸਿਰ, ਮੈਨੂੰ ਭੱਜ ਭੱਜ ਪੈਂਦੀ ਆ, ਬਾਹਰ ਕੋਈ ਉਹ ਨਹੀਂ ਕੰਮ ਕਰਦਾ ਹੈਗਾ, ਘਰੇ ਇਹਨੇ ਡੱਕਾ ਤੋੜ ਕੇ ਰਾਜੀ, ਕੋਈ ਕੀ ਕਰੇ ਇਹਨਾਂ ਦੋਏ ਜਣਿਆਂ ਨੂੰ ਵਿਲੜਾਂ ਨੂੰ। ਤੂੰ ਨਾ ਇਹਨਾਂ ਨੂੰ ਇਦਾਂ ਖਿੱਚ ਕੇ ਰੱਖਿਆ ਕਰੋ। ਮੈਂ ਤਾਂ ਬਥੇਰੇ ਖਿੱਚੇ ਵੇ ਨੇ, ਸਿਰ ਪਾੜਨਾ ਹੁੰਦੇ ਨੇ ਕਿਸੇ 'ਤੇ, ਇਹ ਇੱਦਾਂ ਹੀ ਕਰਦੇ ਹੁੰਦੇ ਨੇ, ਪਾੜਨਾ ਪੂੜਨਾ ਇਹਨਾਂ ਨੇ ਕੁਛ ਨਹੀਂ ਹੈਗਾ, ਐਵੇਂ ਸਿਰ ਪਾੜਨਗੇ, ਇਹਨਾਂ ਨੂੰ ਪਤਾ ਨਹੀਂ ਹੈਗਾ ਵੀ ਕਾਨੂੰਨ ਵੀ ਕੋਈ ਚੀਜ਼ ਆ। ਨਾਲੇ ਆਪ ਸਮਝ ਕਰਨਾ, ਦੋ ਜਣਿਆਂ ਦਾ ਖਰਚਾ ਇੰਨਾ ਕੌਣ ਚੱਕੀ ਜਾਊਗਾ ਇਹਨਾਂ ਦਾ। ਜਦੋਂ ਵੱਡਾ ਵੀਰ ਆਉਂਦਾ ਉਹਨੂੰ ਕੰਮ ਕੰਮ ਕਰੀ ਆਇਆ ਕਰ, ਜਦੋਂ ਇਹ ਆਉਂਦੀ ਆ ਇਹ ਇਹਨੂੰ ਕੰਮ ਕੰਮ ਕਰੀ ਆਇਆ ਕਰ। ਵੀ ਬੜਾ ਤਾਂ ਉਹਦੀ ਮੇਰ 'ਚ ਕੁਛ ਕਹਿਣ ਨਹੀਂ ਦਿੰਦਾ, ਮੈਂ ਪਰਸੋਂ ਮਾੜਾ ਜਿਹਾ ਉਹਦੇ ਸਾਹਮਣੇ ਮਾੜਾ ਜਿਹਾ ਹੀ ਕਿਹਾ ਸੀ ਵੀ ਭਾਈ ਕਰਮਜੀਤ ਨੂੰ ਕਹਿ ਦੇ ਵੀ ਡੱਕਾ ਤੋੜ ਲੂ, ਮੈਨੂੰ ਭੱਜ ਭੱਜ ਪੈਣ ਲੱਗ ਗਿਆ, ਕੋਈ ਗੱਲ ਆ ਇਹ ਭਲਾ? ਤੂੰ ਨਾ ਇੱਕਣੇ ਰਹਿ, ਖਿੱਚ ਕੇ ਰੱਖ ਥੋੜ੍ਹਾ ਜਿਹਾ ਕੰਮ ਨੂੰ, ਜਦੋਂ ਮੈਂ ਵਿਆਹ ਕਰਾਉਣਾ ਨਾ ਦੇਖੀ ਮੇਰੇ ਵਾਲੀ ਕਿਵੇਂ ਪਾਣੀ ਭਰਦੀ, ਮੈਂ ਤਾਂ ਠੋਕ ਕੇ ਰੱਖੂੰ, ਨਾਲੇ ਮੈਂ ਵਿਆਹ ਤੋਂ ਬਾਅਦ ਪ੍ਰਾਪਰਟੀ ਡੀਲਰ ਦਾ ਕੰਮ ਕਰਨ ਲੱਗ ਜਾਣਾ, ਮੈਂ ਤਾਂ ਕੋਠੀਆਂ ਬਣਾ ਵੇਚਿਆ ਕਰੂੰ ਮੈਂ ਤਾਂ। ਉਹ ਚੰਗਾ ਚੰਗਾ, ਤੂੰ ਬਹੁਤੀਆਂ ਫੁਕਰੀਆਂ ਨਾ ਮਾਰ, ਤੇਰਾ ਵਿਆਹ ਹੋ ਜੇ ਦੇਖੀ ਕੱਲ ਨੂੰ, ਉਹ ਤਾਂ ਹਜੇ ਚਾਰ ਗੱਲਾਂ ਕਹਿ ਵੀ ਦਿੰਦਾ ਉਹਨੂੰ, ਤਾਂ ਇਹ ਤਾਂ ਉਹੀਓ ਡਰੀ ਜਾਇਆ ਕਰਨਾ, ਮੈਨੂੰ ਸੁਣਾਇਆ ਕਰੇਗਾ ਤੂੰ ਵੀ? ਮੰਮੀ ਹੁਣ ਤੂੰ ਮੇਰੇ ਤੇ ਚੜ ਜਾ, ਹੱਦ ਹੋ ਗਈ ਤੇਰੇ ਵਾਲੀ, ਉਹ ਮੈਂ ਤਾਂ ਤੇਰੀ ਬਖ ਲੈਣਾ ਵਾ। ਲੈ ਹੈਂ, ਮੈਂ ਤਾਂ ਤੈਨੂੰ ਸਲਾਹਾਂ ਦਿੰਦਾ ਵਾ ਵੀ ਇਹਨਾਂ ਨੂੰ ਥੋੜਾ ਜਿਹਾ ਕੱਸ ਕੇ ਰੱਖਿਆ।
मम्मी हुण मैं हुण की काम करा, मैं तो हजे कुवारा वा, जो तो ब्याह होगा मैं आपे काम ते लग जाऊं, नाले अपने को तो खुला पैसा। आ देख यही तो तेरे मन च गलत फहमी है, एकने तो गुरिंदर कहना भी खुला पैसा, जे कुछ कमावोगे ताही वरतोगे अगे, मैं तो नहीं सारे समान जिंदा ला देना। नहीं तू सानू हिस्सा दे के जाएगी। हिस्सा फिर ले लिया, हुण तो वेले नू कड़ा खवावे, हुण तो हिस्सा आ पैगा वेले रहण दा। ओ लग जूंगा काम, हद हो ही पई आ, माड़ा जा उठ के आया सी मैं, माड़े मोटे तेनू सलाह देवा, तू मेरे ती चढ़ जाया कर। जिन्हों सीधी गल कह दो उही पुट्ठा पै जांदा, ओनू काम दा डक्का तोड़न कहता वह भज भज पैन लग गया, बहू नू कहता बहू चार सुनाउण लग गई, हुण तू लग गया ऐ बोलण, तुसीं तां सारे इक सार दे हो गए। कम करके कोई राजी नहीं हैगा। मम्मी आ गया भाई गुरिंदर। हाँ पानी पीना सी मैं। कोई ना पानी तो पी ली, कुछ बनया काम कर दा तेरे दा। हाँ इंटरव्यू दिया है 10-12 कैंडिडेट दे। अच्छा उन्होंने मेरा रिज्यूम रख लिया, इंटरव्यू ले ली, वो कहते सानू फोन करूंगे सी। बुलाउणगे भी कि नहीं, जर भी तेरे तो पुछदे रही जवाब हुंदा, इंटरव्यू दे आया उन्होंने कॉल आओगे, आउंदी तां कदे है नहीं। मम्मी हुण मेरा होड़ो कसूर हैगा, हुण इंटरव्यू दे आया, 4 गल्लां उन्होंने मैं कहतियां, जिहड़े क्वेश्चन पुछे मैनूं, हुण अगले करनगे फोन जे मेरे च काबिलियत होगी कोई। पता गुरिंदर की है, तेरी नीयत नहीं हैगी कम करन दी, आ के इत्थे मेरे कोल बहाने ला देना, मम्मी बणिया नहीं कम, मम्मी बणिया नहीं कम। मम्मी मैं बहाने नहीं ला रहा, मैं पानी पीना आया गा, मैनूं पता तू रसोई च खड़ी, मैं बढ़दे ही ना उरे मैं। हुंदा कहे तां फिर तू ऐ गुस्सा लग जांदा करना। एक मिंट एक मिंट, वो लड़दे कहते हो, दो ने अड होने लक बन लिया, यह भी कहना मेनू लैदा कर दे, तू भी कहन लग गया। मैं गल कहा मम्मी, जिंदगी चे पहली बार अकल वाली गल करी, अड कर दो। ला अड हो के कुछ नहीं बनना हैगा, मेरा बने चाहे ना बने, मैं तां भीख मंग लूंगा, मैनू अड कर दो, ना तां मैं थोड़ी सुन सका ना मैं इहदी सुन सका। तेनू कोई नहीं कुछ कहना, तू अपना काम कर, मेहनत करो। जा हुण इंटरव्यू दे आया, अगला कॉल करूगा। 50 इंटरव्यू दे आया, कोई तेनू हां नहीं करदा। नहीं करदा फिर मर्जी अगले दी, नहीं चंगा लगे आना मैं। अगला दा कॉल 6 महीने दा करे तू बैठा रहया। मम्मी इहनू चुप करा लै, दस देख ला जो मेरा अद बनता मैं देगा अलग कर दो। हथ बने हथ बने, कल कोई लोड़ पैंदी मम्मी दरवाजे खुले तेरे वास्ते, ये ना मेरे दरवाजे बढ़ जाए। देख ला दोवे भाइयों नूं ऐ होवे जिहड़ा हिस्सा सानूं मिल जाए। ਸਾਰਾ ਦਿਨ ਕੰਮ ਕਰ ਕੰਮ ਕਰ ਕੰਮ ਕਰ, ਉਹੀ ਕੋਈ ਬੜਾ ਪੁਰਾਣਾ ਕੀ ਹੋ ਗਿਆ ਜੀ? ਉਹ ਹੋਣਾ ਗਿਆ ਯਾਰ, ਦਿਮਾਗ ਖਰਾਬ ਕਰ ਦਿੰਦੇ ਹੋ। ਐ ਮੰਮੀ ਮੈਂ ਕਿੱਥੇ ਹਿੱਸਾ ਮੰਗਦਾ ਵਾਂ, ਮੈਂ ਤਾਂ ਅਲੱਗ ਹੋਣ ਦੀ ਗੱਲ ਕੀਤੀ ਆ, ਆ ਜਿਹੜਾ ਨਿੱਤ ਦਾ ਗਲੇ 'ਚ ਪੈਂਦਾ ਇਹ ਹਟ ਜੂਗਾ। ਵੇ ਤੂੰ ਮੇਰੀ ਗੱਲ ਸੁਣ, ਤੂੰ ਕੀ ਝੱਲ ਮਾਰਦਾ, ਅੱਡ ਹੋਣਾ ਕਰੀ ਜਾਏਗਾ, ਤੇਰੇ ਹੱਥ ਪੱਲੇ ਕੀ ਲੱਗੂਗਾ ਹੈ? ਸਾਰੀ ਤਾਂ ਅੱਧੀ ਜ਼ਮੀਨ ਲੈ ਕੇ ਜਾਊਗਾ, ਅੱਧੇ ਲੈ ਕੇ ਜਾਊਗਾ ਇਹ ਬਣੇ ਬਣੇ ਜਿਹੜੇ ਘਰ, ਨਾਲੇ ਲੈ ਕੇ ਜਾਊਗਾ ਦੁਕਾਨ, ਇਹਨੂੰ ਤਾਂ ਮੌਜ ਬਣ ਜੂਗੀ, ਵਿਹਲੇ ਬੈਠੇ ਖਾਣਗੇ ਤਾਂ ਦੋ ਹੀ ਜਣੇ, ਤੇਰੇ ਹੱਥ ਕੁਛ ਨਹੀਂ ਲੱਗਣਾ ਹੈਗਾ, ਫਿਰ ਵਿਹਲਣਾ ਤੂੰ ਕਿਹੜਾ ਜਾਰੇ ਕਮਾਈ ਕਰਦਾ। ਆਹ ਤਾਂ ਗੱਲ ਮੈਂ ਸੋਚੀ ਨਹੀਂ। ਸੋਚੇਗਾ ਕਾਹਨੂੰ ਤੂੰ, ਮੂੰਹ ਮਾਰ ਲਿਆ ਕਰ, ਜਦ ਮੈਂ ਗੱਲ ਕਰਦੀ ਤੂੰ ਕਾਹਦਾ ਲੜਨਾ ਆਇਆ ਸੀ ਉਹਦੇ ਨਾਲ, ਆ ਫਿਰ ਹੋਰ ਮਾਰਤੀ ਇੱਟ ਵਰ ਗਈ ਗੱਲ, ਅੱਡ ਕਰਦੇ ਸਾਨੂੰ ਅੱਡ ਕਰਦੇ। ਮੈਂ ਤਾਂ ਕਹਿੰਦਾ ਸੀ ਵੀ ਅਲੱਗ ਹੋ ਜਾਊਗਾ, ਝਗੜਾ ਖਤਮ ਹੋ ਜਾਊਗਾ, ਆ ਮੂਹਰੇ ਵਾਲੀਆਂ ਗੱਲਾਂ ਤਾਂ ਮੈਨੂੰ ਪਤਾ ਹੀ ਨਹੀਂ ਸੀ ਵੀ ਐ ਹੋਣਗੀਆਂ। ਅਲੱਗ ਹੋਣ 'ਚ ਤੇਰਾ ਫਾਇਦਾ ਨਹੀਂ ਕੋਈ ਹੈਗਾ, ਉਹਦਾ ਫਾਇਦਾ ਜ਼ਿਆਦਾ ਹੈ। ਅੱਛਾ ਉਹ ਤਾਂ ਦੋਵੇਂ ਮਾਰਕੀਟਿੰਗ ਆਪਣਾ ਆਰਾਮ ਕਰਨਗੇ, ਜ਼ਮੀਨ ਦਾ ਆਪਣਾ ਹਾਲਾ ਲੈ ਲਿਆ ਕਰਨਗੇ, ਦੁਕਾਨਾਂ ਦਾ ਕਿਰਾਇਆ ਲੈਣਗੇ, ਵਿਹਲੇ ਬੈਠ ਕੇ ਖਾਣਗੇ, ਫਿਰ ਕੀ ਮੈਂ ਜਰਾਂਗੇ ਇਹਨਾਂ ਨੂੰ? ਮੈਨੂੰ ਤਾਂ ਗਲਤੀ ਹੋ ਗਈ। ਚੱਲ ਸੋਚ ਕੇ ਬੋਲਿਆ ਕਰ ਅੱਗੇ ਨੂੰ ਮਾੜਾ ਮੋਟਾ। ਹੁਣ ਕੀ ਬਣੂਗਾ? ਮੈਨੂੰ ਫੋਨ ਕਰਨਗੇ, ਤੇਰੇ ਤਾਂ ਆਹੀ ਬਹਾਨੇ ਹੁੰਦੇ ਨੇ, ਤੇਰੇ ਤਾਂ ਐ ਹੁੰਦੇ ਨੇ, ਤੇਰੇ ਤਾਂ ਉਹ ਹੁੰਦੇ ਨੇ, ਉੱਪਰੋਂ ਜਗਰੂਪ ਕਹਿੰਦਾ ਤੂੰ ਅੱਡ ਹੋ ਜਾਵੇਂ, ਵਧੀਆ ਠੀਕ ਹੈ ਅੱਡ ਹੋ ਜਾਂਦੇ ਆ। ਹੌਲੀ ਬੋਲੋ ਤੁਸੀਂ, ਮੈਂ ਤਾਂ ਇਹੀ ਕਹਿੰਦੀ ਸੀ ਜੀ ਵੀ ਅੱਡ ਹੋ ਕੇ ਆਪਣਾ ਕੋਈ ਫਾਇਦਾ ਨਹੀਂ ਹੈਗਾ, ਇਕੱਠਾ ਜਿਵੇਂ ਚਲਸਾ ਚਲਾਂਚਰ। ਓਹੋ ਉਹ ਅੱਡ ਹੋ ਕੇ ਤਾਂ ਆਪਾਂ ਨੂੰ ਬਹੁਤ ਫਾਇਦਾ। ਕਿਉਂ? ਹੁਣ ਆਪਾਂ ਨੂੰ ਕੀ ਮਿਲਦਾ? ਨਾ ਆਪਾਂ ਨੂੰ ਕਿਰਾਇਆ ਮਿਲੇ, ਨਾ ਜ਼ਮੀਨ ਦਾ ਠੇਕਾ ਮਿਲੇ, ਨਾ ਆਪਾਂ ਨੂੰ ਕੁਆਟਰਾਂ ਦਾ ਕਿਰਾਇਆ ਮਿਲੇ, ਕੰਮ ਕੰਮ ਹੋਈ ਜਾਂਦੀ ਹੈ। ਜੇ ਅੱਡ ਹੋ ਗਏ ਮੈਨੂੰ ਕੰਮ ਕਰਨ ਦੀ ਕੀ ਲੋੜ ਹੈ?
लख रुपया आंदा घटो घट। हाँ हाँ किराए किराए का लख रुपया आंदा महीने का अपन चौकीदार लेके जांदा 1,10,000 रुपया आउंदा अपां नूं। फिर ताही ओह छोटा इन्नी हवा करदा हैगा। फिर उस दे बाद 20 किले जमीन दे 60,000 नूं चढ़ी हुई जमीन 12,00,000 रुपया साल का हैगा। हैं किन्ना हो गया 10 किले आऊंगे 6,00,000 रुपया अपन नूं साल का वह हो गया 6,00,000 हो गया 1,00,000 रुपया अपन महीने का आना। मैनूं की लोड़ा कम करन दे, अकल नूं हथ मार। मैं तो ठोक के हाँ कह के आएगा भी हाँ कर दो अड। अच्छा चल फिर तो ठीक है जी, अड होने की फायदा फिर माड़ा मोटा पता तो लगेगा, आपकी कबीलदारी आप सामभागे। और छोटा तो पता नहीं कितने उड़ा है पैसे। फिर होर देख सुन, डैडी दी दो नौकरियां थी, पहला फौज च वधिया पोस्ट पढ़ते, इत्थे आके उन्होंने बैंक च नौकरी मिल गई। घट्टो घट 90,00,000 रुपया डैडी नूं फंड मिलिया सी। फिर डैडी प्रॉपर्टी का काम करते सी, डैडी ने मेरे ना बहुत पैसे जोड़े ने, घट्टो घट माता दे अकाउंट च 2 करोड़ के करीब होना, 1 करोड़ रुपया अपन वह आ जाना। अपा तो फायदे च है, हाँ घर छोटा बाड़े वाला मकान किड्डा है, कच्चा है, पक्का कर लाँगे। हाँ भी ठीक है जी, अपा तो फायदा अड्डो हो गए। चलो फिर ठीक है, आई करो तुसी। तू रानिया वांगू रहे करेंगी, मैं राजा वांगू। इत्थे तां जी मेरे इन्हां ने नरक भरी जिंदगी करी पई है, तुहाडे सामने जिन्ना मर्जी करी जा, फिर कह दिंदे ने तू की करदी है। और हुण 2 गड्डियां ने, दोवां च तेल मैं पाउणा, जे चक्कणी हुंदी है किथे जाणा क्यों जाणा मैं जाणा उत्थे जाणा, इहनूं ऐ हो गया दूई ठीक है उह पुराणी उहनूं फायदा कोई। मम्मी तू तां इन्ने पैसे ले जांदा गड्डियां दा, मैं आह कराउणा हैगा आह कराउणा हैगा, मैनूं तां लगदा पता कुछ ना कुछ होर करदा हैगा। ਮੈਨੂੰ ਲੱਗਦਾ ਵੀ ਘਰਦਾ ਕਿਤੇ ਨਾ ਕਿਤੇ ਪੈਸੇ ਨਾ ਗਲਤ ਫਸਾਉਂਦਾ ਹੈ। ਹਾਂ ਮੰਮੀ ਨੂੰ ਇਹ ਦੱਸਦਾ ਨਹੀਂ, ਮੰਮੀ ਨੂੰ ਕਹਿੰਦਾ ਮੈਂ ਗੱਡੀ ਠੀਕ ਕਰਾਉਣੀ ਹੈ, ਗੱਡੀ ਨੂੰ ਆਹ ਹੋ ਗਿਆ ਆਹ ਹੋ ਗਿਆ, ਇਹ ਗੱਲ ਮੈਂ ਬਹੁਤ ਵਾਰੀ ਨੋਟ ਕਰੀਏ। ਮੈਨੂੰ ਤਾਂ ਹੋਰ ਵੀ ਪਤਾ ਲੱਗਿਆ, ਇਹ ਕਿ ਦੋਸਤ ਨਹੀਂ ਹੈਗਾ ਉਹ ਸਤਵੀਰ, ਉਹਦਾ ਮਾਮਾ, ਉਹਦੇ ਨਾਲ ਮੇਰੀ ਦੋਸਤੀ ਹੈਗੀ ਹੈ। ਉਹ ਦੱਸਦਾ ਹੁੰਦਾ ਕਹਿੰਦਾ ਜਿੰਨੀ ਵਾਰ ਵੀ ਬਾਹਰ ਘੁੰਮਣ ਫਿਰਨ ਗਏ ਆ ਇਹ ਇਹੀ ਖਰਚਾ ਕਰਦਾ ਸਾਰਾ, ਕਹਿੰਦੇ ਇਹਦੇ ਕੋਲ ਇੰਨੇ ਇੰਨੇ ਪੈਸੇ ਹੁੰਦੇ ਨੇ, ਇੰਨੀ ਫੁਕਰੀ ਮਾਰਦਾ ਨਾ ਪੈਸਿਆਂ ਦੀ, ਇੰਨਾ ਕਹਾਉਂਦਾ ਆਪਣੇ ਆਪ ਨੂੰ। ਲੈ ਦੱਸ ਕਮਾਲ ਦੀ ਗੱਲ ਹੈਗੀ ਵੀ ਤੂੰ ਕਰਕੇ ਤਾਂ ਦਿਖਾ ਦੇ ਕੁਛ, ਫਿਰ ਫੁਕਰੀਆਂ ਮਾਰ ਲਈ। ਚਲੋ ਕਹਿੰਦਾ ਵਿਹਲਾ ਖਾਣ ਹੀ ਲਿਆ ਹੋਇਆ ਮੇਰੇ ਭਾ ਦੀ, ਚਾਹੇ ਪੂਰੇ ਪਿੰਡ ਨੂੰ ਖਵਾਈ ਜਾਵੇ, ਪਰ ਜੇ ਅੱਡ ਹੋ ਗਏ ਨਾ ਮੈਨੂੰ ਕੋਈ ਫਿਕਰ ਨਹੀਂ ਹੋਣੀ, ਠੀਕ ਹੈ। ਆ ਵੀ ਠੀਕ ਹੈ ਜੀ, ਨਹੀਂ ਤਾਂ ਸਾਰਾ ਘਰ ਖਰਾਬ ਕਰ ਦੂਗਾ ਆਪਣਾ। ਚਲ ਮੈਂ ਥੋੜ੍ਹਾ ਰਿਲੈਕਸ ਜਿਹਾ ਹੋਵਾਂ, ਲੋਅਰ ਟੀ ਸ਼ਰਟ ਪਾਵਾਂ ਮੈਂ ਤਾਂ। ਹਾਂ ਚਲ ਚਾਹ ਕਰਾਂ। ਹਾਂ ਚਾਹ ਕਰ ਦੇ ਪਲੀਜ਼। ਚਲ ਠੀਕ ਹੈ। ਲੈ ਮੰਮੀ ਤੁਸੀਂ ਬੁਲਾਇਆ ਕਿਸੇ ਸਿਆਣੇ ਬੰਦੇ ਨੂੰ, ਬੁਲਾ ਕੇ ਆਪਦਾ ਲਿਖ ਲਿਖਾ ਕਰ ਲਓ, ਕਿਆ ਹਿੱਸੇ ਮੇਰੇ ਆਉਣਾ ਕਿਆ ਤੁਹਾਡੇ ਆ, ਮੈਨੂੰ ਘਰ ਉੱਪਰ ਦਊਂਗੇ ਥੱਲੇ ਦਊਂਗੇ ਕਿ ਮੈਂ ਆਪਣਾ ਬਾੜੇ ਵਾਲਾ ਘਰ ਸਾਂਭਾਂ, ਦੱਸੋ। ਬੇ ਪੁੱਤ ਤੂੰ ਕਹੀਆਂ ਜਿਹੀਆਂ ਗੱਲਾਂ ਕਰਦਾ, ਪੁੱਤ ਅੱਡ ਨਹੀਂ ਹੋਣਾ, ਆਈਆਂ ਜਿਹੀਆਂ ਗੱਲਾਂ ਨਾ ਕਰ ਪੁੱਤ, ਐਂ ਨਾ ਕਹਿ ਤੂੰ, ਤੂੰ ਸਿਆਣਾ ਤੂੰ ਬੜਾ ਪੁੱਤ, ਅੱਡ ਨਹੀਂ ਹੋਣਾ ਹੈਗਾ ਦੋਵੇਂ ਭਾਈਆਂ ਨੇ। ਇਹਦੀ ਛੋਟੇ ਦੀ ਮਨ ਮਰਜ਼ੀ ਹੈ, ਕਹਿੰਦਾ ਅੱਡ ਹੋ ਜਾਓ ਚੰਗੀ ਗੱਲ ਕਹੀ ਹੈ ਨਾ, ਵਧੀਆ ਗੱਲ ਖਤਮ ਹੋਊਗਾ। ਉਹ ਵੀਰੇ ਮੇਰੇ ਤੋਂ ਥੋੜ੍ਹਾ ਜਿਹਾ ਅੰਬੋਲ ਹੋ ਗਿਆ ਸੀ, ਮੈਂ ਪੁੱਤ ਨਿਆਣਾ ਹੈ ਇਹਨੂੰ ਕੀ ਆਖਣਾ ਵੀ ਅੱਡ ਹੋ ਕੇ ਕੀ ਨੁਕਸਾਨ ਹੈ, ਪੁੱਤ ਮੇਰੀ ਗੱਲ ਸੁਣ ਲੈ ਤੂੰ, ਮੇਰੇ ਬੈਠੇ ਬੈਠੇ ਜਿੰਨਾ ਚਿਰ ਮੈਂ ਜਿਉਂਦੀ ਹਾਂ ਪੁੱਤ ਦੋਵੇਂ ਭਾਈ ਅੱਡ ਨਾ ਹੋਏ, ਨੁਕਸਾਨ ਤਾਂ ਕੋਈ ਨਹੀਂ ਹੈਗਾ, ਇਹਦਾ ਇਹਨੂੰ ਮਿਲ ਜੂਗਾ ਸਾਡੇ ਸਾਨੂੰ ਮਿਲ ਜੂਗਾ, ਨੁਕਸਾਨ ਕੀ ਹੈ ਪੁੱਤ, ਸਭ ਕੁਛ ਤੁਹਾਡਾ ਹੀ ਹੈ, ਮੈਂ ਕੁਛ ਨਹੀਂ ਨਾਲ ਲੈ ਕੇ ਜਾਣਾ, ਮੇਰੀ ਗੱਲ ਸੁਣ ਲਓ, ਤੁਹਾਡੇ ਬਾਪ ਮੋਰੇ ਨੂੰ ਹਜੇ 2 ਸਾਲ ਨਹੀਂ ਹੋਏ, ਲੋਕ ਕੀ ਕਹਿਣਗੇ, ਰਿਸ਼ਤੇਦਾਰ ਕੀ ਕਹਿਣਗੇ ਵੀ ਦੋ ਪੁੱਤ ਨਹੀਂ ਸੰਭਾਲ ਸਕੀ, ਆਹ ਅੱਡ ਹੁੰਦੇ ਫਿਰਦੇ ਨੇ ਲੜਕੇ, ਪੁੱਤ ਇਹ ਤਾਂ ਚੰਗੀ ਗੱਲ ਨਹੀਂ ਹੈਗੀ। ਇਹ ਮੰਮੀ ਅੱਡ ਹੁੰਦੇ ਆਏ ਵਧੀਆ ਸਹਿਮਤੀ ਨਾਲ ਅੱਡ ਹੋ ਜਾਵਾਂਗੇ, ਹੈ ਤੁਸੀਂ ਆਪਣੇ ਘਰੇ ਖੁਸ਼, ਮੈਂ ਆਪਣੇ ਘਰੇ ਖੁਸ਼, ਤੁਸੀਂ ਛੋਟੇ ਦਾ ਵਿਆਹ ਕਰ ਦਿਓ, ਤੁਸੀਂ ਵੀ ਆਰਾਮ ਕਰਿਓ ਅਸੀਂ ਵੀ ਆਰਾਮ ਕਰਿਓ, ਤੁਹਾਨੂੰ ਕੋਈ ਦਿੱਕ ਦੁੱਖ ਤਕਲੀਫ ਹੈਗੀ ਹੈ ਦਰਵਾਜ਼ੇ ਸਾਡੇ ਖੁੱਲ੍ਹੇ ਨੇ, ਸਾਨੂੰ ਤੁਸੀਂ ਇਹ ਦੱਸ ਦਿਓ ਭਾਈ ਕਿਹੜੇ ਘਰ 'ਚ ਰਹਿਣਾ, ਜਿੱਦਾਂ ਸਾਨੂੰ ਜੇ ਤੁਸੀਂ ਮੈਨੂੰ ਪੁਰਾਣਾ ਘਰ ਵੀ ਦੇ ਤਾ ਮੈਨੂੰ ਤਾਂ ਉਹ ਵੀ ਮਨਜ਼ੂਰ ਹੈ, ਮੈਂ ਤਾਂ ਕਲੇਸ਼ 'ਚੋਂ ਨਿਕਲ ਜੂੰਗਾ। ਨਹੀਂ ਨਹੀਂ ਵੀਰੇ ਮੇਰੇ ਤੋਂ ਨਾ ਉੱਚੀ ਬੋਲ ਗਿਆ, ਤੁਹਾਡਾ ਹੀ ਘਰ ਆ ਤੁਸੀਂ ਰਹੋ ਇੱਥੇ, ਤੇਰਾ ਛੋਟਾ ਭਾਈ ਹੈ ਪੁੱਤ ਤੂੰ ਇਹਨੂੰ ਮਾਫ਼ ਕਰ ਦੇ, ਥੋੜ੍ਹਾ ਜਿਹਾ ਦੇਖ ਕੇ ਬੋਲਿਆ ਕਰ ਜੇ ਗਰੁੱਪ, ਬੜਾ ਭਾਈ ਹੈਗਾ ਤੇਰਾ। ਮੈਂ ਬਹੁਤ ਝਿੜਕਿਆ ਇਹਨੂੰ ਵੀ ਭਾਈ ਖਬਰਦਾਰ ਹੈ ਜੇ ਬੜੇ ਭਾਈ ਨੂੰ ਇੱਕਣ ਬੋਲਿਆ, ਅੱਗੇ ਤੈਨੂੰ ਇਹੀ ਗੱਲ ਕਰਨੀ ਹੈਗੀ, ਪੁੱਤ ਤੂੰ ਸਿਆਣਾ ਸਮਝ ਵਾਲਾ, ਆਪਣੀ ਮਾਂ ਦਾ ਗੱਲ ਮੰਨ ਲੈ ਤੂੰ, ਅੱਛਾ ਇਹ ਨਹੀਂ ਕਰਨੀ ਆਪਾਂ ਨੇ ਘਰ 'ਚ ਕੰਧਾਂ ਨਹੀਂ ਕਰਨੀਆਂ ਪੁੱਤ। ਦੇਖੋ ਠੀਕ ਹੈ ਤੁਸੀਂ ਅੱਡ ਹੋਣ ਨੂੰ ਚੱਲ ਮੰਨਦੇ ਨਹੀਂ ਹੈਗੇ, ਚੱਲ ਤੁਹਾਡੀ ਗੱਲ ਵੀ ਠੀਕ ਹੈ ਵੀ ਤੁਹਾਡੇ ਜਿਉਂਦੇ ਜੀ ਅੱਡ ਹੋ ਜੀ ਅੱਛੀ ਗੱਲ ਹੈ, ਲੋਕ ਤਾਨੇ ਬਣੇ ਮਾਰਨਗੇ, ਪਰ ਮੰਮੀ ਕਲੇਸ਼ ਕੱਲ੍ਹ ਫੇਰ ਲੈਣਾ। ਦੇਖ ਮੰਮੀ ਨੌਕਰੀ ਪਹਿਲੀ ਗੱਲ ਤਾਂ ਮੇਰਾ ਮਨ ਕਰਦਾ ਨੌਕਰੀ ਕਰਨ ਨੂੰ, ਠੀਕ ਹੈ ਬਾਈ ਦੇਖ ਹੱਸਦੇ ਵੱਸਦੇ ਗੁੰਜਾਇਸ਼ ਦੇ ਵਿੱਚ ਹੈ, ਮੇਰੇ ਤੇ ਰੋਹ ਨਹੀਂ ਸਹਿ ਹੁੰਦਾ ਡਿਊਟੀ ਪਰ, ਠੀਕ ਹੈ ਮੇਰੇ ਤੇ ਰੋਹ ਝੱਲੇ ਨਹੀਂ ਜਾਂਦਾ ਹੈਗਾ,
ਵੀ ਇਸ ਕਰਕੇ ਬਾਈ ਮੈਂ ਤਾਂ ਆਪਦਾ ਕੰਮ ਕਾਰ ਕਰ ਲੂੰ ਕੋਈ ਕੱਲ ਨੂੰ ਫਿਰ ਗਲੇ ਸੋਊਗਾ ਕੰਮ ਕਾਰ ਵੀਰੇ ਕੀ ਕਰੇਗਾ ਕੰਮ ਕਾਰ ਯਾਰ ਹੋਟਲ ਕਰਕੇ ਦੇ ਦੋ ਵਿੱਚ ਮੈਨੂੰ ਲੈ ਹੋਟਲ ਪਾਗਲ ਹੋਇਆ ਤੂੰ 15 20 ਲੱਖ ਰੁਪਏ ਲੱਗਦਾ ਹੋਟਲ ਤੇ ਤੂੰ ਤੇ ਖਰਚਾ ਬਹੁਤ ਆਊਗਾ ਦੱਸ ਚੱਲੇ ਨਾ ਚੱਲੇ ਇਹ ਘਾਟਾ ਪੈ ਗਿਆ ਗਿਆ 20 ਲੱਖ ਆਪਣੇ ਘਰ ਨੂੰ ਘਾਟਾ ਪਊਗਾ ਪੁੱਤ ਜੇ ਨਾ ਚੱਲਿਆ ਫਿਰ ਮੰਮੀ ਤਾਂ ਹੀ ਫਿਰ ਕੋਈ ਕੰਮ ਕਰ ਸਕੂਗਾ ਉਹ ਕੋਈ ਛੋਟਾ ਮੋਟਾ ਦੇਖ ਲੋ ਪੁੱਤ ਫਿਰ ਇੰਨੇ ਪੈਸੇ ਨਾਲ ਕਿਹੜਾ ਜ਼ਰੂਰੀ ਹੈ ਛੋਟਾ ਮੋਟਾ ਫਿਰ ਉਹੀ ਫੇਰ 10 12 ਹਜ਼ਾਰ ਬਚਣਾ ਮਿਹਨਤ ਐਨੀ ਕਰਨੀ ਚੱਲ ਐ ਕਰੋ ਫਿਰ ਮੈਨੂੰ ਜੇ ਹੋਟਲ ਨਹੀਂ ਕਰਨਾ ਤੁਸੀਂ ਮੈਨੂੰ ਬਾਹਰ ਭੇਜ ਦਿਓ ਲੈ ਕਹਿੰਦਾ ਬਾਹਰ ਭੇਜ ਦਿਓ ਉਹ ਤਾਂ ਹੋਟਲ ਨਾਲੋਂ ਵੀ ਮਹਿੰਗਾ 35 40 ਲੱਖ ਲੱਗਦਾ ਜੇ ਉੱਥੇ ਜਾ ਕੇ ਤੇਰੇ ਪੈਰ ਨਾ ਲੱਗੇ ਤੇਰਾ ਜੀ ਨਾ ਲੱਗਿਆ ਤੈਨੂੰ ਕੰਮ ਨਾ ਮਿਲਿਆ ਤੂੰ ਫੇਰ ਇੰਡੀਆ ਭੱਜੇਗਾ ਫੇਰ ਵੀ ਪੁੱਤ ਆਪਣੇ ਘਰ ਨੂੰ ਘਾਟਾ ਪਊਗਾ ਕੋਈ ਹੋਰ ਕੰਮ ਦੇਖ ਲੈ ਮੈਂ ਕਿਹੜੇ ਤੁਹਾਨੂੰ ਕਹਿੰਦਾ ਮੈਨੂੰ ਕੈਨੇਡਾ ਅਮਰੀਕਾ ਭੇਜ ਦਿਓ ਆ ਦੁਬਈ ਤੂੰ ਵੀ ਭੇਜ ਦਿਓ ਮੈਨੂੰ ਕਿਤੇ ਮਾੜਾ ਮੋਟਾ ਹਾਂ ਪੁੱਤ ਕਹਿੰਦੇ ਉੱਥੇ ਪੈਸੇ ਘੱਟ ਲੱਗਦੇ ਨੇ ਆ ਦੁਬਈ ਤਾਂ ਮੈਨੂੰ ਲੱਗਦਾ 2-4 ਲੱਖ ਰੁਪਏ ਲੱਗਦਾ ਹਾਂ ਆਹੋ 4 ਲੱਗੇ 5 ਲੱਗੇ ਡਰਾਈਵਰੀ ਮੈਨੂੰ ਆਉਂਦੀ ਹੈਗੀ ਲਾਇਸੈਂਸ ਹੈਗਾ ਮੇਰੇ ਕੋਲ ਉੱਧਰ ਤਾਂ ਮੈਂ ਅਪਲਾਈ ਕਰ ਦੂੰਗਾ ਲੱਖ ਰੁਪਏ ਹੋਰ ਲੱਗਣਾ ਥੋੜਾ ਜਿਹਾ 4-5 ਲੱਖ ਦੇ ਵਿੱਚ ਮੈਨੂੰ ਉੱਧਰ ਕੰਮ ਵਧੀਆ ਮਿਲ ਗਿਆ ਮੈਂ ਅਗਰ ਟਰੱਕ ਚਲਾਉਣ ਲੱਗ ਜਾਊਂਗਾ 4 ਪੈਸੇ ਜੋੜ ਕੇ ਪੂਰੇ ਕਰ ਲੂੰਗਾ ਪੈਸੇ ਜਿੰਨੇ ਕ ਖਰਚਾ ਮੈਂ ਕਰਿਆ ਉਨੇ ਕ ਆਪਾਂ ਕਮਾ ਕੇ ਗਾਂ ਚੱਲਦੇ ਰਹੋਗੇ ਜੇ ਕੱਲ ਨੂੰ ਮੇਰਾ ਮਨ ਕਰਿਆ ਅੱਗੇ ਜਾਣ ਦਾ ਉੱਥੋਂ ਨਾ ਕਰੇ ਜਾਣਾ ਸੌਖਾ ਪੁੱਤ ਤੇਰੀ ਗੱਲ ਤਾਂ ਠੀਕ ਹੈ ਮੈਨੂੰ ਪਤਾ ਤੂੰ ਕਰ ਲੇਗਾ ਕੰਮ ਪਰ ਪੁੱਤ ਫਿਰ ਵੀ ਧਿਆਨ ਰੱਖੀ ਉੱਥੇ ਕਹਿੰਦੇ ਠੱਗੀ ਬਹੁਤ ਵੱਜਦੀ ਹੈ ਕਿਤੇ ਹੋਰ ਨਾਲ ਤਾਂ ਘਾਟਾ ਪਊਗਾ ਨਾਲੇ ਪੁੱਤ ਆਪਾਂ ਸਰਦਾਰ ਬੰਦੇ ਆ ਧਿਆਨ ਰੱਖਣਾ ਪਊਗਾ ਸਾਰੀਆਂ ਗੱਲਾਂ ਦਾ ਜੇ ਜੇ ਵੀਰੇ ਤੂੰ ਵਾਪਸ ਆ ਗਿਆ ਆਪਣੀ ਤਾਂ ਨੱਕ ਵੱਡੀ ਜਾਊਗੀ ਉਹਨਾਂ ਨੇ ਕਹਿਣਾ ਬਾਹਰ ਭੇਜਿਆ ਸੀ ਇਹ ਤੋਂ ਕੰਮ ਨਹੀਂ ਹੋਇਆ ਕੀ ਜਗਰੂਪ ਤੇਰੀਆਂ ਗੱਲਾਂ ਗਿਆ ਹਜੇ ਹੈ ਨਹੀਂ ਪਹਿਲੇ ਤੂੰ ਘਰੇ ਬੁਲਾ ਲੈ ਹੋਰ ਪਹਿਲੇ ਨਹੀਂ ਲੱਗ ਕੇ ਬੋਲਿਆ ਕਰਦੇ ਆ ਹਾਂ ਕੋ ਤੁਸੀਂ ਚੌਰਾ ਨੂੰ ਮੈਨੂੰ ਬਾਹਰ ਕਰੋ ਤੁਸੀਂ ਇਹ ਕੋਈ ਵਧੀਆ ਸਾਡੇ ਬਾਈ ਦਾ ਕੰਮ ਚੱਲ ਜੇ ਜੋ ਇਹ ਕਹਿੰਦਾ ਉਹ ਬਣ ਜੇ ਕੰਮ ਹਨਾ ਆਏ ਕਰੋ ਫਿਰ ਜੇ ਨਹੀਂ ਬਾਹਰ ਭੇਜਣਾ ਚਲੋ ਹੋਟਲ ਖੋਲ ਕੇ ਦੋ ਇਹਨੂੰ ਅਸੀਂ ਆਪ ਦੌਰੇ ਚਲਾ ਲਾਂਗੇ ਨਹੀਂ ਅਸੀਂ ਹੁਣ ਥੋੜਾ ਨਾ ਸਹਿਮਤ ਆ ਅਸੀਂ 2-4 ਲੱਖ ਰੁਪਏ ਲਾ ਕੇ 2-4 ਲੱਗੇ 5 ਲੱਗੇ ਹਨਾ ਅਸੀਂ ਬਾਹਰ ਭੇਜ ਦੇ ਤੇਰਾ ਵਿੱਚ ਨੰਨਾ ਜਾਂ ਕੀ ਮਰੀ ਇੰਨਾ ਬਾਹਰ ਕਰਦੀ ਹੈ ਕੋਈ ਨਾ ਸਲਾਹ ਕਰ ਲੋ ਬਹਿ ਕੇ ਗ੍ਰਿੰਦਰ ਸਲਾਹ ਕਰ ਲੈ ਪੁੱਤ ਜਿਵੇਂ ਠੀਕ ਲੱਗਦਾ ਪਰ ਆਪਣੇ ਕੰਮ ਕਰੋ ਵਿਹਲੇ ਨਾ ਰਹੋ ਸਲਾਹ ਸਾਡੀ ਪੂਰੀ ਹੈ ਮੈਂ ਦੁਬਈ ਚਲੀ ਜਾਣਾ ਜੇ ਉੱਥੇ ਮੇਰੇ 5-6 ਸਾਲ ਵੀ ਲੱਗ ਗਏ ਮੈਂ ਉੱਥੋਂ ਗਾਹਾਂ ਟੱਪ ਜਾਊਂਗਾ ਠੀਕ ਹੈ ਮੈਂ ਨਾਲੇ ਆਪਦੇ ਕਮਾ ਲੂੰਗਾ ਪਰ ਹਾਂ ਇੱਕ ਗੱਲ ਦਾ ਖਿਆਲ ਰੱਖਿਓ ਪਿੱਛੇ ਨੂੰ ਤੰਗ ਨਹੀਂ ਕਰਨਾ ਨਹੀਂ ਨਹੀਂ ਪੁੱਤ ਅਸੀਂ ਕੰਮ ਤੰਗ ਕਰਾਂਗੇ ਕਿਵੇਂ ਪਿੱਛੋ ਮੈਂ ਚਲੀ ਗਿਆ ਪਿੱਛੇ ਨੂੰ ਮਾਰ ਮਾਰ ਮਿਹਣੇ ਇਹਨੂੰ ਖਤਮ ਕਰ ਦਿਓ ਤੁਸੀਂ ਨਾ ਨਾ ਇਹ ਤੂੰ ਕਹੀਆਂ ਜਾਂ ਇਹ ਗੱਲ ਨਹੀਂ ਹੋਣੀ ਚਾਹੀਦੀ ਫੇਰ ਜੇ ਮੈਨੂੰ ਇਹਨਾਂ ਫੋਨ ਕਰਤਾ ਵੀ ਮੈਨੂੰ ਤੰਗ ਕਰਦੇ ਨੇ ਮੈਂ ਇੱਥੇ ਆਗਾ ਮੰਨੂ ਨਾ ਕਹਿ ਦੇ ਵੀ ਤੂੰ ਪੈਸੇ ਖਰਚ ਕੇ ਵਾਪਸ ਆ ਕੇ ਦੁਬਾਰੇ ਨਹੀਂ ਨਹੀਂ ਪੁੱਤ ਕੋਈ ਨਹੀਂ ਸੀਗਾ ਤੇ ਮਿਹਣੇ ਮਾਰਨੇ ਨੇ ਦੇ ਮੈਂ ਕਰਦਾ ਪ੍ਰਾਪਰਟੀ ਦੇ ਦਾ ਕੰਮ ਠੀਕ ਹੈ ਨਾ ਤੇ ਮੈਂ ਬਾਹਰ ਰਹਿਣਾ ਵਾ ਮੰਮੀ ਤੇ ਇਹ ਨੇ ਭਾਬੀ ਹੋਣੀ ਇਹ ਆਪਣਾ ਦੋ ਰੋਟੀਆਂ ਖਾ ਲਿਆ ਕਰਨਗੇ ਬਸ ਇਹ ਗੱਲ ਦਾ ਖਿਆਲ ਰੱਖਿਓ ਮੰਨੂ ਮਨਜ਼ੂਰ ਹੈ ਅੱਡ ਬਿੱਡੋ ਹੁੰਦੇ ਨਹੀਂ ਠੀਕ ਹੈ ਜਦ ਤੱਕ ਮੈਂ ਬਾਹਰ ਨਹੀਂ ਜਾਂਦਾ ਘਰ ਦੇ ਵਿੱਚ ਸਾਂਝਾ ਖਰਚਾ ਹੋਊਗਾ ਠੀਕ ਹੈ ਚਲ ਠੀਕ ਹੈ ਦੇਖ ਮੈਂ ਪਿਆਰ ਨਾਲ ਕਹਿਣਾ ਜੇ ਦੁਕਾਨਾਂ ਦਾ ਕਿਰਾਇਆ ਆਉਂਦਾ ਤਾਂ ਉਹ ਚੱਦ ਮੇਰਾ ਵੀ ਹੈ ਠੀਕ ਹੈ ਮੈਂ ਕਿਉਂ ਨਹੀਂ ਮੰਗਦਾ ਮੈਂ ਕਿਉਂ ਨਹੀਂ ਕਹਿੰਦਾ ਕਿਉਂਕਿ ਮੰਮੀ ਜੋਦੀ ਬੈਠੀ ਹੈ ਮੇ ਪੁੱਤ ਨੇ ਕੀ ਕਰਨੇ ਆ ਕਮਾਈ ਸਭ ਤੁਹਾਡੇ ਵਾਸਤੇ ਹੀ ਹੈ ਵੰਡੀ ਜਾਏ ਦੋਏ ਭਾਈ ਬਾਤ ਚਲ ਠੀਕ ਹੈ ਡਨ ਹੈ ਫਿਰ ਆਪਾਂ ਗੱਲ ਨਹੀਂ ਵਧਾਉਂਦੇ ਹੁਣ ਕਹਾ ਬਸ ਮੈਨੂੰ ਬਾਹਰ ਜਾਣਾਗਾ ਮੈਂ ਆਪਣੀ ਤਿਆਰੀ ਮੈਂ ਕਰ ਲਣੀ ਥੋੜਾ ਖਰਚਾ ਹੋਊਗਾ ਮਨਾ ਨਹੀਂ ਕਰਨਾ ਠੀਕ ਹੈ ਪੁੱਤ ਪਰ ਲੜਿਓ ਨਾ ਦੋਏ ਭਾਈ ਅਸੀਂ ਲੜਦੇ ਨਹੀਂ ਬਸ ਮੇ ਤੋਂ ਨਹੀਂ ਦੇਖੇ ਜਾਂਦੇ ਦੋਏ ਭਾਈ ਲੜਦੇ ਬਸ ਕੋਈ ਨਹੀਂ ਮੰਮੀ ਛੋਟਾ ਹੀ ਥੋੜਾ ਜਿਆਦਾ ਹੀ ਬੋਲਦਾ ਮੈਂ ਇਹਨੂੰ ਕਹਿਤਾ ਮੁੰਡਿਆ ਤੂੰ ਆਪਣੀ ਜੀਵ ਵਿੱਚ ਰੱਖਿਆ ਕਰ ਬਸ ਬੋਲਿਆ ਨਾ ਕਰ ਬਹੁਤ ਚਲ ਭਾਈ ਹੈ ਬੜਾ ਫਿਰ ਵੀ ਉਹ ਤੇਰੀ ਭਾਬੀ ਹੈ ਚਲ ਕੋਈ ਨਹੀਂ ਕਰੂੰ ਮੇਰਾ ਪਚਾ ਚਲ ਆ ਜਾ ਆ ਬਹੁਤ ਆ ਕੋਈ ਕੰਮ ਕਰਕੇ ਨਹੀਂ ਰਾਜੀ ਹੈਗੀ ਐ ਨਹੀਂ ਹੈਗਾ ਵੀ ਮੈਂ ਕੱਪੜੇ ਦੇ ਤਹਿ ਮਾਰ ਲਾਂ ਪਤਾ ਨਹੀਂ ਕਿਹਦਾ ਫੋਨ ਆ ਇਹ ਕਿਹਦਾ ਫੋਨ ਹੋਇਆ ਇਹ ਹੈਲੋ ਹੈਲੋ ਮੰਮੀ ਮੰਮੀ ਹਾਂ ਪੁੱਤ ਤੂੰ ਕਿਵੇਂ ਬੋਲਣ ਡਰ ਡਰ ਜਾ ਮੰਮੀ ਗੱਲ ਸੁਣੋ ਮੇਰੀ ਧਿਆਨ ਨਾਲ ਹਾਂ ਪੁੱਤ ਬੋਲ ਛੇਤੀ ਮੈਂ ਨਾ ਜਦ ਇੱਥੇ ਦੁਬਈ ਉਤਰੇ 에ਅਰਪੋਰਟ ਤੇ ਹਾਂ ਮੈਨੂੰ ਪੁਲਿਸ ਨੇ ਫੜ ਲਿਆ ਹਾਏ ਹਾਏ ਸੱਚੀ ਕਹਿ ਪੁੱਤ ਹਾਂ ਮੰਮੀ ਪਰ ਘਾਬਰਨ ਦੀ ਲੋੜ ਨਹੀਂ ਹੈਗੀ ਹਾਂ ਉਹ ਏਜੰਟ ਨਾ ਥੋੜਾ ਜਿਹਾ ਕੰਮ ਖਰਾਬ ਕਰ ਗਿਆ ਬੀਜੇ ਚ ਕੋਈ ਕੋਈ ਨੁਕਸ ਆ ਗਿਆ ਹਾਏ ਹਾਏ ਪੁੱਤ ਇਹਦਾ ਏਜੰਟਾਂ ਦੇ ਇਹੋ ਜਿਹੇ ਕੰਮ ਹੈ ਹਾਂ ਉਹ ਮੈਨੂੰ ਕਹਿੰਦੇ ਵੀ ਤੈਨੂੰ 2 ਮਹੀਨੇ ਇੱਥੇ ਜੇਲ੍ਹ ਚ ਰਹਿਣਾ ਪੈਣਾ ਵੀ ਤੈਨੂੰ ਬਾਅਦ ਚ ਇੰਡੀਆ ਡਿਪੋਰਟ ਕਰ ਦੂੰਗੇ ਹਾਏ ਹਾਏ ਦੱਸ ਦੇਖ ਲੈ ਪੁੱਤ ਫਿਰ ਤਾਂ ਠੱਗੇ ਵੱਜ ਗਏ ਸੱਚੀ ਮੰਮੀ ਨਹੀਂ ਠੱਗੀ ਨਹੀਂ ਵੱਜੀ ਹਾਂ ਉਹਨਾਂ ਨੇ ਗੱਲ ਕਰੀ ਦੀ ਏਜੰਟ ਨਾਲ ਉਧਰ ਦੀ ਗਵਰਨਮੈਂਟ ਨੇ ਅੱਛਾ ਉਹ ਏਜੰਟ ਗਲਤੀ ਮੰਨਦਾ ਕਹਿੰਦਾ ਵੀ ਮੇਰੇ ਤੇ ਗੜਬੜ ਹੋ ਗਈ ਵੀ ਜਾਣ ਕੇ ਨਹੀਂ ਹੋਈ ਵੀ ਕੋਈ ਨਹੀਂ ਵੀ ਜੋ ਹੋਇਆ ਗਲਤ ਹੋਇਆ ਮੈਂ ਸੌਰੀ ਮੰਗਦਾ ਵੀ ਤੁਸੀਂ ਫਿਕਰ ਨਾ ਕਰੋ ਵੀ ਆ ਮੇਰੇ ਤੇ ਪੈਸੇ ਵਾਪਸ ਲੈ ਲਿਓ ਮੈਂ ਤੁਹਾਡੀ ਫਾਈਲ ਦੁਬਾਰੇ ਲਾ ਦੂੰਗਾ ਲੈ ਪੁੱਤ ਫਿਕਰ ਕਿਵੇਂ ਨਾ ਹੋਵੇ ਮੈਂ ਮਾਂ ਐ ਮੈਨੂੰ ਤਾਂ ਪੁੱਤ ਦਾ ਫਿਕਰ ਹੋ ਗਿਆ ਹੋਰ ਨਹੀਂ ਨਹੀਂ ਮੰਮੀ ਕੋਈ ਨਹੀਂ 2 ਮਹੀਨੇ ਦੀ ਗੱਲ ਹੈ ਪਰ ਤੁਸੀਂ ਇੱਕ ਰੱਖਿਓ ਵੀ ਕਰਮਜੀਤ ਨੂੰ ਦੱਸ ਦਿਓ ਹਨਾ ਕਿ ਮੇਰੇ ਤੇ ਫੋਨ ਤਾਂ ਕਰ ਨਹੀਂ ਹੋਣਾ ਫਿਰ ਉਹ ਘਾਬਰੂਗੀ ਪਤਾ ਨਹੀਂ ਫੋਨ ਕਦੇ ਨਹੀਂ ਕਰਿਆ ਚੰਗਾ ਪੁੱਤ ਮੈਂ ਕੋਈ ਨਾ ਕਰਮਜੀਤ ਨੂੰ ਦੱਸ ਦਿੰਦੀ ਹਾਂ ਨਾ ਘਬਰਦੀ ਨਹੀਂ ਹੈਗੀ ਉਹ ਮੈਂ ਕਹਿ ਦਿੰਦੀ ਉਹਨੂੰ ਸਮਝਾ ਦੇਣੀ ਆ ਪੁੱਤ ਹਾਂ ਬਸ ਤੁਸੀਂ ਵੀ ਨਾ
कोई बड़ी गल नहीं, दो महीने की गल है, पैसे भी मुड़े आने अपने यार, मैं भी ठीक ठाक इंडिया मुड़े आना। ठीक है पुत, तू अपना ध्यान रखी बच्चे। ठीक है ठीक है मम्मी, सत श्री अकाल। सत श्री अकाल पुत, चंगा मेरा पुत, जिउंदा बसदा रह। दस होर नवा कम हो गया? कहिंदा करमजीत नूं दस दे। हुण की करां, दसां कि ना दसां करमजीत नूं? दस आ नवा कम हो गया, कहिंदा दो महीने वास्ते जेल 'च फसा ता, की करां हुण? करमजीत नूं दसां कि ना? पर एक गल है, ये गल तो वधिया जे बहाने नाल ये निकल जू, कढ़ांगे भराई नूं। मैं तो ऐ कह दिंदी इहनूं वी गुरिंदर ने तो भाई किसे मेल नाल विआह करा लिया। तू जा इत्थों परां, इहो जिहा साऊ शरीफ मेरा पुत्त ती, पता नहीं की पढ़तियां पढ़ाउंदी आ की ना, मेरे नाल तां कदे मूँह नाल चज नाल गल नहीं करदा, सारा दिन भड़काई जांदी आ बैठी। इहनूं वी हुण कढ़ांगे परां, दफे करांगे इत्थों की जिहनूं, बहुत सिर चढ़ी पई ती। पुत्त तां मेरा भोला ती बेचारा। दस करमजीत, कम कर लिया सारा, मैं तेरी ताई कोल जाया वा। जायो मम्मी। मम्मी मैं तो ये कह दी थी भी उन्हें तो फोन नहीं आया थोड़े को। ना भाई मेरे को कोई नहीं फोन आया है, ना सानू कहू फोन करता है, तेन फोन करूगा वो, साढ़े ना तो इतने बथेरा लड़ता थी। मम्मी थोड़े लिए फोन करता तो होंगे थी, जे आया तो दस दो, मेरे लिए भी तो आया नहीं उन्होंने फोन। मेरे को भाई 20 दिन हो गए कोई नहीं फोन आया, पहला एक दो बार कर हूँ नहीं कदे कर, तेन यह करूगा वो सानू नहीं करता। मम्मी आए कहते कहने कि तुम फोन तो सोनू कर दे, तुम दस दिन है मैं जान के देख ल है। देख पहला एक ने बोल दी तो हूँ फिर उकने बोलन लग गई, थोड़ा कलेस का तो खत्म होगा, हूँ तो सब कुछ करता। मम्मी मैं की कलेस करेगा, मैं तो पूछे ही है सोनू। मैं तेन दसता भाई भी वह फोन आता नहीं है, नाले होर मैंने तो ए लगता है कितने उन्हें उत्थे ब्याह तो नहीं करा लिया, अजक हजा ही टाइम है। हाय हाय मम्मी आ की कह रही हो कि तुम आए नहीं हो करा सकते ब्याह, जिहड़ा फोन नहीं करता। ओ मम्मी पता मेरा किन्ना करदे हैगे, वो आए नहीं करा सकते मम्मी ब्याह। लै क्यों कह तो नहीं करा सकता, नाले जिदे हो गए तेन कह के तो गए भी तेन फोन कड़ा करूगा, मैं तो किसी मेम नाल ब्याह कराऊगा। मम्मी वो तो हासी मजाक च कहते थे। लै तेन लगती थी हासी, मैनू तो यही लगता भाई पक्का उन्हें ब्याह करवा लिया। हूँ मम्मी थोड़ी तो सोच यह होर हैगी, इन्नी गंदी सोच थोड़ी किमें है, आए नहीं करा सकते, मैं भरोसा उन्होंने। जे सच्ची गल हो फिर भला फिर तू बदल देंगे? नहीं मम्मी वह नहीं करा सकते, मैं पता है, मैं यकीन है उन्होंने, तुम ना कही जाओ मैं बार बार। लै देख तू गल कि कर दी है, मैं पक्का पता है उन्हें ब्याह करा लिया, तू हूँ गल सुन ला कन्न खोल के, तू भी इतों जा बग जा इतों अपना, जा अपने पेके पूरे ना रह, हूँ तू इतने कि मैं रहेंगी। लै मम्मी ये भी तो उन्होंने घर है, मेरा भी तो ये कुछ हैगा ही है, आए नहीं मैं जाती हैगी। तेन कोई हिस्सा उस्सा नहीं इतों मिलता, मुंडा चलिया गया बाहर, हूँ इतने तेन रहने लेना सी, बग जा इतों जा। आ गल थोड़ी होंदिया ने मम्मी, तुम ताई दे जायो, जाओ इतों। आहो ताई दे तो मैं जाया नहीं है, मेरी गल सुन ला, गुरिंदर ने तो करा लिया उधर ब्याह, हूँ तैं भी नहीं इतने रहना है, अपना बैग बन चली जा इतों, मैं नहीं तेन रखना इतने। आ कि गल करते हो मम्मी, ऐ करो जायो तुम ताई दे, आई नहीं मैं जाती हैगी इतों। तू जाती किधर नहीं, अपना बोरिया बिस्तरा बना, तेन धक्के मार मार कडूंगी नहीं मैं इतों, जाती नहीं हैगी। कहते मैं कडूंगी, आए कि मैं कढ़ दूंगे मैनू, मैंने तो पहले ही पता थी भी जो चले गए मेरे नाल आही कुत्ते खानी होनी हैगी। हाँ इदा नहीं हो सकता, उन्होंने फोन ला के देखूंगी जो फोन चक लेना, इन्हों का की पता ये तो दोए माँ पुत एक कर लेंगे ने, करके देखा फोन हूँ घर भी नहीं हैगी, फोन करके तो देखा। मम्मी तो होर ही कुछ बोली जाते हैं, हाय रब्बा फोन लग जाए हूँ उन्होंने, बहुत टेंशन हुई पई है, इतने पता नहीं ये की कुछ करे मेरे नाल। बरनाल तुसी संपर्क करना चाहते हो वो हजे स्विच ऑफ है, कृपा करके थोड़ी देर बाद कोशिश कर। हाय इन्हां दे फोन नूं की हो गया, रोज ही स्विच बंद रोज ही स्विच बंद, पता नहीं फोन करिया भी मम्मी नूं, पता इन्ना जे करिया भी होगा इन्हां नूं तां भी नहीं दसना हैगा। हे वाहिगुरु फोन कर लेने मैनू, नहीं तो दोए माँ पुत पता नहीं मेरे नाल की कुछ करनगे। करमजीत मैं तेनू भाई कल भी कहा थी कम तो मैं आपे कर लिया करूंगी, तू हूँ इतों चली जा, हूँ तेरा इतने रहने का कोई हक नहीं है यार, मुंडा नहीं है इतने, तू की करेंगी? मम्मी आ कि गल कर दो ना, वह हिस्सा नहीं है घर च, मैं भी तो मम्मी वो कुछ लगती हूँ। हाँ लै हिस्से दल ना कर, इतने तेन असी रहन नहीं देना है। तुसी कौन हो मम्मी मैनू कट्टण वाले,
मेरा बंदा मैनू कह के गया थी वे घर च पैर ना पट्टी। अच्छा भी अपनी चौधरगिरी करी असी नहीं भाई तेनू रहन दते तेनू जाना ही पऊगा इत्थे। केड़ी चौधरगिरी कर ली थोड़े मूरे मूरे काम करती फिरदी आ जिद्दे दे ओ गए सो गए नौकरानी बना के रख ली। लै तू तां माया काम नु हाथ ला ले जदे नौकरानी बन जानी आ सानू नहीं लोड़ हैंगी जा भग जा इत्थों। मैं क्यों जावां तेरी मां ला दी है ठीक है ना देख ला किवें बोलदी आ नीवी जुबान च गल कर माणी मोटी। मम्मी भी तां नीवी हो सकदी है तू तां रहन दे नहीं तां बोले ना पट्टी तू आ के वड्डे आ के फिर के सिर चढ़ाउणा चल तू चाह मुंडे अंदर मैं समार दी जवान लड़ा मेरे घर तो बाहर हो जा। मम्मी तुम कर रहे हो बाहर चल उधर गेट खोल दो। हाय रब्बा मैं तो पहले ही पता थी नाले मैं उन्होंने कहा भी तुसी ना जाओ बाहर ओही काम करके धरता दस ये तो पहले नहीं पैर लगन दे रहे थे उन्होंने होंगे हूँ मैंने अंदर कितने पाड़ लेन गए मेरा तो फोन भी अंदर रह गया। मम्मी दस दो कुंडे ला ले मम्मी नू किसी के फोन तो फोन करा मैं ले जाएंगे आके देख दिन आपे पहुंचा उतो मीह वाला मौसम हो रहा बाहर तो रहा छा कुड़ी रोल गई हे वाहगुरु कुछ भी कर उन्होंने इतने भेज दे जे फोन फोन आता चल बंद तसली हो जाती भी कदों आना है हूं तो कासे का भी नहीं पता है दुबई च केड़िया मेमा मेनू की पता है जी मैं तो ना बहुत दुखी किया उन्होंने वो तेरा भाई है वो अड्ड बोलता थी मम्मी अड्ड बोलती थी एक दिन तो मैं कहते कहते घरों भग जा उदो तो मैं मम्मी नाल बैठी मगर मैं क्यों जावा उस तो बाद कहते ये आई नहीं जाते नाल तेरा भाई लग गया कहते इन बाहर कड्डो। नहीं तू मैं ए दस मैं मम्मी ने फोन करके कहा मम्मी मैं इस तरह हो गया तुम दसिया मम्मी ने मेरे बारे कुछ मैं की हो गया हाय हाय ना मैनू नहीं दसिया मैं तो पूछी गई मगर मम्मी उन्होंने फोन क्यों नहीं आता मैं दस दो जी थोड़े को भी दस दो मैं तुम्हें दसदा मेरे नाल की हो गया सी डरी ना सुन ली पहला पूरी जदों मैं इतों चढ़िया ना जहाज वधिया चढ़ गया जब उधर उतरिया उधर जा मेरी चैकिंग हुई मेरे कागज पत्र देखे मेरे वीजे च गड़बड़ा गई पूरी हां मनु नाल चा के जेल च ठोकता हाय कुट मारता नहीं कुछ नहीं कुछ नहीं कुछ नहीं करया एहे जे केस कुट मार नहीं करदे हुंदे उन्होंने वेरीफाई करया उन्होंने ये देख लिया बंदा जेन्यून है एजेंट ने ठगी कर ली इहदे नाल ठगी भी नहीं करी एजेंट तो कोई बीजे ना गड़बड़ होगी कोई फिर गलबात करी सारा कुछ शॉर्ट आउट हो गया पैसे भी मिल गए मैं मैं दो महीने की जेल हो गई थी फिर मैं मम्मी ने फोन कराया भी मम्मी इस तरह गल है भी मैं ठीक है पैसे भी ठीक है अपने मैं आ जाना तुम दस दौ कर भी तेन उन्हें मैंने दसिया नहीं फिर तेन हाय इन्ना कुछ हो गया थोड़े नाल मैंने तो कुछ नहीं दसिया जी मैं तो किन्ना चीर हो गया उरे बैठी मैं तो सौंक दी उरे शर्म आ बाहर निकलती अगला कोह गा नहीं सौरे ने घर तो बाहर कड़ता हूँ किसी की पता है भी प्रौना बाहर वग गया तू हूँ घबर ना ठंडी हो जा मैं तेन लेन आया गा ठीक है घबर ना मैं सारा कुछ पता लग गया मैं उसी टाइम लग गया था पता मम्मी की गलों से भी कोई ना कोई गड़बड़ है
मैं ता ही सीधा तेरे को आया, मैं घरे नहीं गया है। गल सुन नाले अज तो बाद अपन कम कम सुन की लड़ नहीं, कम मिल गया मैनू। अच्छा जी हाँ चलो ये तो बहुत वधिया हो गया। मैनू उत्थे जेल च बंदा मिलिया एक, वह दुबई च बहुत साल तो रह रहा, वह सिंगापुर भी मलेशिया भी बहुत साल लाए हुए उन्हें, वो किसी केस फस गया था। वह कहता भी बाई तू फिक्र ना कर, तू बंदा मैं चंगा लगता भी, मैं कभी दुबई हूं कभी मैं सिंगापुर कभी मलेशिया, कहना मैं इधरों कपड़े भेजा करूँगा सारा समान भेजा करूँगा तू उधर बेची। अच्छा हाँ मैं घट्टो घट हूँ तक 4-5 लाख का माल बेच लिया 15-20 दिन जेल च बैठे बैठे नहीं। ये भी ठीक है जी हाँ, पर मेरे नाल तो बहुत गलत होया। देख लो थोड़े हुंदे की कह रहे थे भी असीं कुछ नहीं कहने इन्हें, तू बाहर चले जा, पर माँ पुत्र ने इन्ना एका करके रखिया ना, मैनू घरों कढ के छड्डिया। देख लो इन्हां ने जगरूप जी का मैं लाऊं क्लास हर मम्मी नूं, मैं समझाऊंगा नाले गल सुन लै, मैं तो अड्ड होऊंगा, मैं बिच नहीं रहिंदा उन्हां दे। ठीक है हुण तां हो जाओ जी, मैं भी नहीं तुहानूं रोकदी हैगी, बहुत तंग करदे हैगे मैनू, नाले सारे दिन मैं नौकरां वांगू काम करदी आ, नाले सुनदी आ इन्हां तों। देख जद मैं जेल च बैठे बैठे 2-4 लाख कमा सकदा गा, हुण तां मैं इत्थे आ गया, मर्जी नाल आपां अपना शोरूम खोलांगे, कपड़े मंगाया करांगे, बेचिया करांगे, बहुत मार्जिन है कपड़े च। ठीक है पर आपां हुण अड्ड रहांगे, किसी का रोग नहीं चलाउणा। ठीक है ठीक है हाँ चल ऐ कर, मैं हुण तुहानूं लैण आया। ठीक है अच्छा ऐ करो फिर, नाले तां मैं चाह पानी करदी देखी ना, मैं सूट बदलना आ कपड़े जिवें कीते चल मैं आ जा, तुसीं उत्थे बैठ कर दे कितें, मम्मी पिछे बेड़े च। अच्छा 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 खड़का दे गई, आ जा अंदर आ जा, डरन दी लोड़ नहीं, आ जा आ जा आ जा आ जा। आ गया मेरा पुत्ता? हाँ मैं तो आ गया मम्मी। ए भी आ गई? और ये भी तो आऊंगी। ओ ले है ए की करना आई है? क्यों घर आए दा पुत्त तेरे जान तो बाहर पता इने किन्ना क्लेश करया, किन्ना सानू तंग करया, मारना हुंदी थी सानू। अच्छा इने तो ओ काम करया जेड़ा किते ना करना होवे, साडा तो इने एक दिन कहना नहीं मन्नया हैगा इत्थे। मम्मी मैनू सारा कुछ सच पता लग गया, इहदे कोलों भी आ गुआंढियां कोलों भी, ठीक है आ लंबड़दारां ने मैनू सारा कुछ दस दिया भी मेरे जान पिछों तुसीं किन्ना तंग करया इहनू। नाले मम्मी तुहानू फोन करके मैं की कहा सी भी मैनू जेल होगी 2 महीने दी होगी, पिछों करन करन इहनू दस दिओ, नहीं घबरूगी। तुसीं इहनू दस्या तक नहीं, उल्टा इहनू की कहिंदे रहे हुण तां मेम नाल विआह करा लै। ओह दुबई च कहिड़े मेमां, मेमां मेरे वास्ते बैठियां ने। बे पुत्त तू मेरी गल तो सुन ला, ओदियां सुन लिया पुत्त, साडे नाल बहुत लड़ाइयां करदी थी, अपने पेकियां नूं फोन करके अपने भाई बुला ले, उन्हां ने साडी इन्नी कुटमार करी, जगरूप दे इन्नियां सट्टां मारियां, बहुत जलूस कढ़े इहने तां कढ़ी करो इह। इह कटाई खा लूगा इह, इहदा बंदा नूं बदमाश बणी फिरदा। हारी दे भाई मेरे साले, ओ शरीफ ने, ओह तां ग्यानी दे नहीं बंदे ने, ओह लड़न गया आके। ओह ग्यानी तां नहीं लड़ नहीं सकदे हैगे। देख ला पुत्त पट्टी ओह तां सीधा बाहर, तैनूं की पता। मेरी सुन लै गल जगरूप, तू तां विच ना बोल। ठीक है सुन लै, चुप कर जा, तू विच ना बोल सुन लै। 3 महीने की रिकॉर्डिंग रहिंदी है, लंबड़दारां दे कैमरे लगे हुए ने, 3 महीने की रिकॉर्डिंग देखी मैं, एक दिन भी मेरे साले इस घर च नहीं आए, तुसीं धक्के मार के इहनू बाहर कढ़िया, वह सामने कैमरा लग्गिया, बाहर मिन्नत करदी रही है पुत्त सानू तंग बहुत करदी ते होर की करदे इहदा, फिर धक्के मार के बाहर कढ़ दो। नहीं तुसीं कहिंदे भाई आए, किहड़े भाई आए, कैमरे मंगा देंदे भाई आए, सब असीं सच बोलदे पुत्त, इही झूठ बोलदी आ, तैनूं सिखाता इहने। मम्मी मेरी सुणो गल, मन्नो नहीं पता सच इह बोलदे सच तुसीं बोलदे, पर इंसानियत के तौर पर मैं सही कहूंगा, थानू गलत कहूंगा। क्यों गलत थानू गलत कहेगा? सुन ले दियां गल्लां, जेहां की तो धक्के मारदे कैमरे दे विच आ गए, इहदे भाई विच नहीं आए हैगे, तुसीं कटवा दी होणी है विचों वीडियो। सुनो झूठी हुंदी तां मम्मी तुसीं दस्सिया कहते नहीं है इहनू वी गुरिंदर नूं जेल होगी 2 महीने वधाऊगा, तुसीं ऐं कहदे क्योंकि मैं तुहानूं दस्सिया जद मैं वी दस्सो इहनू घबरूगी पिछे ते, मैनूं फोन नहीं आया, मैनूं ये नहीं आया, तुसीं तां बेवकूफ बना के रखिया। मैं तुहानूं पहलां की कहिंदे बैठ गया इत्थे वी तां बाहर जाऊंगा जे मेरे पिछे तंग नहीं करोगे, तुसीं तां मैं पैर पट्टिया, तुसीं 20 दिन लंघण दित्ते, धक्के मार के बाहर कढ़ती है। ओ तू किन्ना कचाना चाढ़िया आ, 20 दिन ला के तू आ पिछे महीना ला के तू इत्थे मुड़ आया वापस, घाटा पै गया इन्ना सगों। होर केड़ा घाटा पै गया, किन्ना घाटा पै गया, किन्ना खर्चा करेगा? 5 लाख रुपया लवाया सी तैं, 5 लाख तेरा लग्गिया, फिर मेरे हिस्से च लग्गिया। गल सुन लै जगरूप, तू चुप कर जा, तू साडी लड़ाई पिछे आ, पहले तू यही गल कहना ना, तू चुप कर जा, तू कोई मम्मी इहनू चुप करा लै, गल हो नहीं हुंदी ना, कदे इह कह दू कोई चुप कर जा, कदे तू कह देना चुप कर, तेरा कोई दखल नहीं मेरी लाइफ च बोलण दा। ठीक है मैं वड्डा गा, ब्याह होयागा, आपदे हिस्से चो पैसे लगे ने, तू तां जमा ना विच बोल। पुत्त तैनूं तां इहने बहू ने भड़काता, हुण तू चुप कर जा, इहना बोल, तू साडी वी सुणदा, मेरी सुण लै गल, तुहाडे नाल ही मेरी निभणी। ठीक है
मैनू अड करना कर दो, नहीं करना मैं वकील करके गोड़ के हिस्सा लेके जाऊंगा। मैं पहला कहता हूँ तुसी देख लो क्या करना गा, नाले जेकर तू देख ला जिंदगी च मेरे काम च दखल ना दे ली मैं भुल जाऊंगा मेरा भाई है। जिद्दें दा ब्याह होया तेनू तां पुत्त ही परती पढ़ाई जांदी है, वी तू अपना हिस्सा लै ला, तू अपना हिस्सा परती पढ़ाउंदी है। मेरी घर वाली है, मैं ना रहना इहदे, मेरा साथ दऊंगा इहदा, सच का साथ दऊंगा, झूठ का साथ मैं कदी नहीं दऊंगा। ठीक है, आ वेलड़ ए सारे दिन तेरे कन्न भरी जांदा, तू केदे मगर लगदी है, तेरे घर बसाउण दे केड़े प्रॉपर्टी दा काम करदा, जुआ खेड़दा इह, 5 लाख रुपया हारी बैठा इह, ओ कदी पता करिया देखिया की करदा फिरदा गा इह, है मैं नलायक 5 लाख रुपया जुए च हारी बैठे, फोन चेक करो इहदा ब्लॉग लिस्ट कितने नंबर पाए हुए ने, धमकियां दिंदे ने मारन दी इहनू, तां ही नहीं निकलदा बाहर इह, रौला ना पाओ, हौली बोलो, कोई सुन लूगा, कानू मेरे पुत्र दी बेइज्जती करदे हो। मैं लवाते पैसे, मैं तां कम करन गया सी तां लागे पैसे, नाले कोई नहीं पैसे लगे, कम मैं करके आएगा, तुम दसी सी ना गल, मैनू बंदा मिले जेल च इक, असीं कपड़े दा कम कर ले, ओह मैनू कपड़े भेजदा, मैं बेचदा इधरों, मैं हुण शोरूम भी खोलन लग्यागा, 5 लाख रुपया मैं 10 लाख कमा लिया दिनां च, आपदा ले लियो, पर तू मेरे बिच ना बोली, ठीक है, आपने जुए नाल हिसाब किताब कर, मेरे नाल हिसाब किताब ना कर, ठीक है मम्मी, भुगतणगे जी आपां तुहाडे, हाँ मम्मी असीं चले बाड़े वाले मकान च, असीं रहिंदे इत्थे, रखो मकान, मैनूं तां मकान की लोड़ नहीं, मेरा हिस्सा दे दिओ, ठीक है जान दे जगरू, बस रोक ना हुण, जान दे सानू, मेरी गल सुन, मेरी मैं हाथ जोड़ के थोड़े तो माफी मांगदा, ठीक है ना, कहिंदे घर दे विच बड़ा भरा बड़ा भरा ही हुंदा, ठीक है ना, बड़ा भरा प्यो दे नाते हुंदा, प्यो तां हुण चलिया गया, हुण जे तूं चलिया गया तां प्यो दी पग रुल जाऊगी। तुसी कम कम तां करी गए हैं, जे दा हुंदा मैं इदां ही किला जमीन दा हुंदा, मेरे कोल कुछ हुंदा ना, मैं कम करदा हैं, 10 किले जमीन दे नाम मेरे, एड्डी दुकान मेरे नाम आउंदी हैगी हैं, 10 कमरे क्वार्टर दे मेरे नाम आउंदे ने, मैं नौकरियां करदा फिर 1 लाख रुपया महीना मैनूं किराया आ रहा, मैं 10,000 दी नौकरी करां, तुहानूं आप नहीं शर्म आई कदी, नौकरी कर नौकरी कर नौकरी कर, चल चल चलिए आपां, चल चंगा, सत श्री अकाल।